ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਸੱਜਣੋ ਅਤੇ ਮਿੱਤਰੋ, ਅਸਲਾਮ ਅਲੈਕੁਮ। ਦੋਸਤੋ, ਸਾਡੀ ਅੱਜ ਦੀ ਬੈਠਕ ਦੇ ਪ੍ਰਾਹੁਣੇ ਬਣਨਗੇ ਬਾਬਾ ਜੀ ਮੁਹੰਮਦ ਸ਼ਫੀ ਮਹਿਰ, ਪਿੰਡ ਉੱਪੀਆਂ, ਤਹਿਸੀਲ ਜਫਰਵਾਲ, ਜ਼ਿਲ੍ਹਾ ਨਾਰਵਾ। ਆਓ ਫਿਰ ਮਿਲੀਏ ਬਾਬਾ ਜੀ ਮੁਹੰਮਦ ਸ਼ਫੀ ਮਹਿਰ ਨੂੰ ਅਤੇ ਉਹਨਾਂ ਨਾਲ ਪੁਰਾਣੀਆਂ ਯਾਦਾਂ ਸਾਂਝੀਆਂ ਕਰੀਏ ਅਤੇ ਉਹਨਾਂ ਕੋਲੋਂ ਪੁਰਾਣੀਆਂ ਗੱਲਾਂ ਬਾਤਾਂ ਪੁੱਛੀਏ ਕਿ ਉਹਨਾਂ ਨੇ ਆਪਣੀ ਆਜ਼ਾਦੀ 'ਚ ਕੀ ਕੀ ਦੇਖਿਆ। ਇਹ ਗੌਰਮੈਂਟ ਪ੍ਰਾਇਮਰੀ ਸਕੂਲ ਉੱਪੀਆਂ ਅਸਲਾਮ ਅਲੈਕੁਮ ਬਜ਼ੁਰਗੋ, ਕੀ ਹਾਲ? ਵਾਲੇਕੁਮ ਸਲਾਮ ਜੀ, ਠੀਕ ਠਾਕ ਹੈ? ਠੀਕ ਹੈ। ਸਿਹਤ ਦੀ ਸੁਣਾਓ? ਸਿਹਤ ਠੀਕ ਹੈ ਜੀ। ਚਲੋ ਬਜ਼ੁਰਗੋ, ਆਪਣਾ ਨਾਂ ਕੀ ਹੈ? ਮੁਹੰਮਦ ਸ਼ਫੀ। ਮੁਹੰਮਦ ਸ਼ਫੀ। ਵਾਲਦ ਸਾਹਿਬ ਦਾ ਕੀ ਨਾਂ ਸੀ? ਮਰਜ਼ਾ ਨਾਨਕ। ਅਤੇ ਦਾਦਾ ਜੀ? ਦਾਦਾ 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 ਸਾਡਾ ਉਹ ਮਾਨ ਜੀ ਨੇ। ਮਾਨ ਜੀ। ਅਤੇ ਅੱਗੇ ਪਤਾ ਕੋਈ ਪੜਦਾਦੇ ਦਾ? ਪਤਾ ਕੀ ਨਾਂ ਸੀ? ਕਿਹਦਾ? ਪੜਦਾਦੇ ਦਾ ਪਤਾ ਕੋਈ? ਪੜਦਾਦੇ ਦੇ ਨਾਂ ਦਾ ਪਤਾ ਕੋਈ? ਆਹੋ। ਕੀ ਨਾਂ ਸੀ? ਕਾਕੂ। ਅਤੇ ਅੱਗੇ? ਅੱਗੇ ਬਸ ਅੱਗੇ ਉਹਦਾ ਫਜ਼ਲਾ। ਅਤੇ ਅੱਗੇ? ਬਸ ਬਸ ਠੀਕ ਹੈ, ਫਜ਼ਲੇ ਤੱਕ ਠੀਕ ਹੈ। ਠੀਕ। ਅੱਛਾ ਬਜ਼ੁਰਗੋ, ਆਪਣੀ ਕਿੰਨੀ ਕੁ ਉਮਰ ਹੋ ਗਈ ਹੈ? ਉਮਰ ਮੇਰੀ ਹੋ ਗਈ ਹੈ ਬਈ 100 ਤੇ 3 ਸਾਲ ਚੌਥਾ ਚੜਿਆ ਹੁਣ। ਅੱਛਾ, ਚੌਥਾ ਸਾਲ ਚੜਦਾ। ਮਾਸ਼ਾਅੱਲਾ ਮਾਸ਼ਾਅੱਲਾ ਜੀ, ਉਮਰ ਦੇ ਹਿਸਾਬ ਨਾਲ ਬੜੀ ਅੱਲਾ ਦਾ ਕਰਮ ਹੈ, ਸਿਹਤ ਠੀਕ ਹੈ। ਅੱਛਾ, ਤੁਸੀਂ ਇਹ ਸਾਨੂੰ ਦੱਸੋ ਕਿ ਇਹ ਜਿਹੜੇ ਪਿੰਡ ਅਸੀਂ ਬੈਠੇ ਨਾਲ ਦਾ ਕੀ ਨਾਂ ਆ? ਉੱਪੀਆਂ। ਉੱਪੀਆਂ। ਇਹ ਉੱਪੀਆਂ ਕਿਹੜੀ ਤਹਿਸੀਲ 'ਚ ਆਉਂਦਾ ਭਲਾ? ਹਾਂ, ਕਿਹੜੀ ਤਹਿਸੀਲ 'ਚ ਆਉਂਦਾ? ਤਹਿਸੀਲ ਕਿਹੜੀ 'ਚ? ਸ਼ਰਗੜ੍ਹ 'ਚ। ਅਤੇ ਹੁਣ ਨਹੀਂ 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 ਹੁਣ ਤਹਿਸੀਲ ਜਫਰਵਾਲ ਹੈ। ਜ਼ਿਲ੍ਹਾ ਨਾਰੋਵਾਲ, ਅਤੇ ਪਹਿਲਾਂ ਤਹਿਸੀਲ ਹੁੰਦੀ ਰਹੀ ਛੱਕੜਗੜ੍ਹ ਅਤੇ ਜ਼ਿਲ੍ਹਾ ਸਿਆਲਕੋਟ। ਠੀਕ ਹੈ, ਠੀਕ। ਅਤੇ ਇਹ ਜਿਹੜਾ ਉੱਪੀਆਂ ਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਨੇ ਭਲਾ? ਹਾਂਜੀ ਹਾਂਜੀ। ਮਖਾਨੀਆਂ। ਠੀਕ। ਬੜੀ। ਠੀਕ ਹੈ, ਠੀਕ ਹੈ। ਅਤੇ ਨਵਾਂ ਪਿੰਡ। ਠੀਕ ਹੈ, ਠੀਕ। ਦਰਮਾਨ। ਠੀਕ ਹੈ, ਠੀਕ ਹੈ। ਗਰਮੋਆ। ਠੀਕ ਹੈ, ਠੀਕ। ਅਤੇ ਲਗਵਾਲ। ਠੀਕ ਹੈ, ਠੀਕ ਹੈ। ਮਰਾਲ। ਠੀਕ ਹੈ, ਠੀਕ। ਲੁਹਾਰਾ। ਠੀਕ ਹੈ, ਠੀਕ ਹੈ। ਬਹੁਤ ਖੂਬ, ਬਹੁਤ। ਅੱਛਾ ਜੀ, ਹੁਣ ਇਹ ਤੁਸੀਂ ਸਾਨੂੰ ਦੱਸੋ ਕਿ ਤੁਸੀਂ ਇੱਥੋਂ ਦੇ ਮੁਕਾਮੀ ਰਹਿਣ ਵਾਲੇ ਹੋ, ਰਿਆਸਤੀ ਹੋ ਜਾਂ ਹਿੰਦੁਸਤਾਨੀ ਹੋ? ਅਸੀਂ ਮੁਕਾਮੀ ਰਹਿਣ ਵਾਲੇ। ਮੁਕਾਮੀ ਰਹਿਣ ਵਾਲੇ ਹੋ? ਅੱਛਾ ਜੀ, ਅਤੇ ਪਾਕਿਸਤਾਨ ਅਤੇ ਹਿੰਦੁਸਤਾਨ ਬਣਨ ਤੋਂ ਪਹਿਲਾਂ ਇਹ ਪਿੰਡ ਦਾ ਲੰਬੜਦਾਰ ਕੌਣ ਹੁੰਦਾ ਰਹੇ? ਬੰਦੋ। ਬੰਦੋ। ਅਤੇ ਪਾਕਿਸਤਾਨ ਅਤੇ ਹਿੰਦੁਸਤਾਨ ਬਣਨ ਤੋਂ ਪਹਿਲਾਂ ਇਹ ਪਿੰਡ ਕਿਹੜੀ ਜੈਲ 'ਚ ਆਉਂਦਾ ਰਿਹਾ? ਇਹ ਪਿੰਡ ਇਹ ਜੈਲ ਕਿਹੜੀ 'ਚ ਆਉਂਦਾ ਰਿਹਾ? ਜੈਲਦਾਰ ਕਿਹੜਾ ਸੀ ਇੱਥੇ? ਇਹਦੇ ਪਹਿਲਾਂ ਹੀ ਨਵੇਂ ਪਿੰਡ ਦਾ। ਅੱਛਾ, ਕੀ ਨਾਂ ਸੀ ਉਹਦਾ? ਫਤਿਹ ਸਿੰਘ ਤੇ ਨਹੀਂ? ਫਤਿਹ ਸਿੰਘ। ਅੱਛਾ ਅੱਛਾ। ਅਤੇ ਫਿਰ ਇਹਦੇ ਇਹਦੇ ਬਾਅਦ ਰੂਰੂ ਜੈਲਦਾਰ ਦਾ ਡੇਢ ਦਾ ਤਾਂ ਨਹੀਂ ਕਿਤੇ? ਨਹੀਂ। ਜਾਂ ਡੰਡੋੜ ਦਾ? ਡੰਡੋੜ ਦਾ। ਡੰਡੋੜ ਦਾ। ਠੀਕ ਆ, ਠੀਕ ਆ, ਠੀਕ ਆ, ਠੀਕ ਆ। ਹੁਣ ਸਾਨੂੰ ਇਹ ਦੱਸੋ ਕਿ ਇਹ ਪਿੰਡ 'ਚ ਪਾਕਿਸਤਾਨ ਅਤੇ ਹਿੰਦੁਸਤਾਨ ਬਣਨ ਤੋਂ ਪਹਿਲਾਂ ਕਿੰਨੀਆਂ ਕੁ ਬਰਾਦਰੀਆਂ ਰਹਿੰਦੀਆਂ?
ਬਲਾਲੀਆਂ ਦੋ ਹੀ ਆ। ਕਿਹੜੀ ਕਿਹੜੀ? ਤਰੇ ਬਲਾਲੀਆਂ ਦੱਸੋ। ਜਲਾ, ਬਾਹਮਣ ਤੇ ਰਾਣੀ ਤੇ ਇੱਕ ਘਰ ਦੇ ਦੀਆਂ ਵਾਲੀ। ਠੀਕ ਆ। ਇਹਦਾ ਮਤਲਬ ਹੈ ਕਿ ਹਿੰਦੂ ਵੀ ਬਚਦੇ ਰਹੇ ਹਨ ਇੱਥੇ? ਆਹੋ, ਹਿੰਦੂ ਇਹ ਪਿੰਡ ਹੀ ਹਿੰਦੂਆਂ ਦਾ ਸੀ। ਅੱਛਾ ਜੀ, ਬਾਹਮਣਾਂ ਦਾ ਪਿੰਡ ਸੀ। ਠੀਕ ਆ, ਬਾਹਮਣਾਂ ਦਾ ਪਿੰਡ ਹੈ। ਅੱਛਾ ਜੀ, ਅਤੇ ਤੁਹਾਡੀ ਉਮਰ ਦੇ ਉਸ ਟਾਈਮ ਕੋਈ ਨਾਂ ਸ਼ਾਂ ਯਾਦ ਨੇ ਤੁਹਾਨੂੰ ਕੋਈ, ਜਿਹੜੇ ਤੁਹਾਡੀ ਉਮਰ ਦੇ ਹਮ ਉਮਰ ਹਨ ਉਸ ਟਾਈਮ, ਜਾਂ ਵੱਡੇ ਕੋਈ ਨਾਂ ਜਿਹੜੇ ਹਿੰਦੂ ਹਨ ਉਹਨਾਂ ਦਾ ਕਿਸੇ ਨਾਂ ਯਾਦ ਨੇ? ਹਿੰਦੂ? ਆਹੋ, ਦੱਸੋ ਪਹਿਲਾਂ ਨਾਂ ਬੋਲੋ ਜਿਹੜੇ ਜਿਹੜੇ ਯਾਦ ਨੇ। ਬੰਦੋ ਜਿਹਾ ਲੱਭਣਦਾ ਸੀ। ਅੱਛਾ, ਇੱਕ ਮੋਤੀ ਸੀ। ਠੀਕ ਹੈ, ਅਤੇ ਇੱਕ ਦੋ ਭਰਾ ਮੋਤੀ ਹੋਰੀ। ਠੀਕ ਹੈ, ਠੀਕ। ਅੱਛਾ, ਅਤੇ ਇੱਕ ਮੋਤੀ ਦੇ ਕੈਂਠੋ ਦੋ ਭਰਾ। ਠੀਕ ਹੈ, ਠੀਕ ਹੈ। ਅਤੇ ਗੌਰੀ ਦੇ ਸ਼ੰਕਰ ਆਉਣਾ ਚੌਥੇ ਦਿਨ ਬਾਲ ਕਰਨਾ। ਠੀਕ ਹੈ, ਠੀਕ ਹੈ, ਠੀਕ। ਹਾਂ, ਠੀਕ ਹੈ, ਠੀਕ। ਅਤੇ ਲਾਡੂ। ਠੀਕ ਹੈ, ਠੀਕ ਹੈ। ਤੇ ਜਲਾਇਆ ਜਵਾਨ। ਠੀਕ ਹੈ, ਠੀਕ। ਜਲਾਇਆ ਕਿਰਪਾ ਤੇ ਸ਼ਹਿਰਾ। ਅੱਛਾ, ਫੁੱਲਾ। ਅੱਛਾ, ਤੇ ਲੱਭੂ। ਅੱਛਾ, ਬਸ ਠੀਕ ਹੈ, ਠੀਕ ਹੈ। ਮਕਸਦ ਇਹ ਆ ਪੁੱਛਣੇ ਦਾ ਵੀ ਹੋ ਸਕਦਾ ਕੋਈ ਉਹਨਾਂ ਚੋਂ ਵੀ ਜਿੰਦਾ ਹੋਏ, ਕੋਈ ਉਹ ਵੀ ਦੇਖੇ ਤੇ ਯਾਦ ਆ ਜੇ ਲੈ ਵੀ ਮੇਰੇ ਪਿੰਡ ਦਾ ਕੋਈ ਮਤਲਬ ਬੰਦਾ, ਇੱਕ ਦੋ ਨੇ ਯਾਦ ਆ ਜਾਣੇ, ਤੇ ਅਗਰ ਕੋਈ ਸੁਣਦਾ ਹੈ ਤੇ ਉਹਨੂੰ ਕਿਸੇ ਨੂੰ ਦੁਆ ਸਲਾਮ ਦੇਣਾ ਚਾਹੋਗੇ ਨਾ? ਤੇ ਜੇ ਕੋਈ ਸੁਣਿਆ ਤਾਂ ਦੋਨੋਂ ਮੇਰੀ ਦੁਆ ਸਲਾਮ। ਇੱਕ ਚਿਮਨ ਲਾਲ ਸੀ ਉਹਦਾ ਨਾਂ। ਅੱਛਾ, ਮੇਰਾ ਨੀ। ਅੱਛਾ, ਅੱਛਾ, ਮੇਰਾ ਮੇਰਾ ਦੋਸਤ ਸੀ। ਅੱਛਾ, ਦੋਸਤ ਸੀ ਤੁਹਾਡਾ? ਠੀਕ ਹੈ, ਠੀਕ ਹੈ। ਹੁਣ ਉਹ ਰਹਿੰਦੇ ਨੇ ਉੱਧਰ ਜਾ ਕੇ ਕਿਤੇ ਵਿਆਹਾਂ ਦੇ ਕੰਢੇ ਤੇ। ਅੱਛਾ, ਇੱਧਰ ਨੂੰ ਗਏ ਤੇ ਨਹੀਂ ਦੱਸਦਾ ਉਹਨੂੰ? ਕੁਛ ਤਾਂ ਕਸ਼ਮੀਰ ਨੂੰ ਵੀ ਲੋਕ ਗਏ ਨਾ? ਉਹ ਗਏ ਤੇ ਰਹਿੰਦੇ ਇੱਧਰ ਨੇ, ਚਲੇ ਫਿਰ ਹਿੰਦੁਸਤਾਨ ਚ ਗਏ। ਠੀਕ ਹੈ, ਠੀਕ ਹੈ, ਠੀਕ। ਤੇ ਦੁਬਾਰਾ ਕਿਸੇ ਨਾਲ ਕੋਈ ਰਾਬਤਾ ਹੋਇਆ, ਕੋਈ ਆਉਣ ਜਾਣ ਹੋਇਆ ਕੋਈ? ਨਹੀਂ, ਹੋਇਆ ਇੱਕ ਬੰਦਾ ਸੀ, ਉਹ ਜਗਰਾਲ ਦੇ ਬਰਸਿਆ ਪਿੰਡ ਉੱਚਾ। ਅੱਛਾ, ਉਹ ਬੰਗ ਦਾ ਤਹਿਸੀਲਦਾਰ ਸੀ। ਅੱਛਾ, ਤੇ ਪਰਮਿਟ ਕਟਾ ਕੇ ਇੱਧਰ ਆਉਂਦਾ ਰਿਹਾ। ਅੱਛਾ, ਤੇ ਮੈਂ ਉੱਚੇ ਪਿਆ। ਅੱਛਾ, ਤੇ ਮੇਰਾ ਬੜਾ ਦੋਸਤ ਬਣ ਜਾਂਦਾ। ਠੀਕ ਹੈ, ਠੀਕ ਹੈ। ਤੇ ਫਿਰ ਉਹ ਮੈਨੂੰ ਤੂੰ ਚਿੱਠੀਆਂ ਪਾਉਂਦਾ ਰਿਹਾ। ਠੀਕ ਹੈ, ਠੀਕ। ਪਰਮਿਟ ਕਟਾ ਗਿਆ। ਅੱਛਾ, ਤੇ ਤੈਨੂੰ ਮੈਂ ਬਰਸਰ ਮਾ ਕੇ ਰਿਹਾ। ਅੱਛਾ, ਪਰ ਮੈਂ ਗਿਆ ਨਹੀਂ। ਅੱਛਾ, ਅੱਛਾ, ਜਾਣੀ ਕਿ ਕਿੰਨੀ ਦੇਰ ਰਿਹਾ ਰਾਬਤਾ? ਕੋਈ ਕਿੰਨੀ ਕੁ ਦੇਰ ਰਿਹਾ ਰਾਬਤਾ? ਬੜਾ ਚਿਰ ਰਿਹਾ। ਅੱਛਾ, ਹਾਂ, ਠੀਕ ਹੈ, ਠੀਕ। ਤੇ ਯਾਦ ਤੇ ਆਉਂਦੇ ਹੋ ਨਾ, ਹਰ ਸਾਥੀ ਇਕੱਠੇ ਰਹਿਦੇ, ਉਹਨਾਂ ਨੂੰ ਵੀ ਯਾਦ ਆਉਂਦੇ ਹੋਗੇ, ਜ਼ਾਹਿਰ ਤੁਹਾਨੂੰ ਵੀ ਯਾਦ ਆਉਂਦੇ ਵੀ ਇਕੱਠੇ ਬਚਪਨ ਗੁਜ਼ਾਰੇ ਦਾ। ਅੱਛਾ, ਤੁਹਾਡੀ ਕੋਈ ਜ਼ਮੀਨ ਹੈ ਸੀ ਪਾਕਿਸਤਾਨ ਹਿੰਦੁਸਤਾਨ ਬਣੇ ਤੋਂ ਪਹਿਲਾਂ ਇੱਥੇ? ਪਾਣੀ ਸਾਣੀ ਦਾ ਕੀ ਜ਼ਰੀਆ ਹਨ? ਮੈਂ ਪਾਣੀ ਕੀ ਜ਼ਰੀਆ, ਕੀ ਜ਼ਰੀਆ ਸੀ ਪਾਣੀ ਪਾਣੀ ਦੇਣ ਦਾ? ਹਾਂਜੀ, ਠੀਕ ਹੈ, ਠੀਕ ਹੈ। ਤੇ ਖੂਹ ਹੈ ਨਾ ਬਈ? ਆਹੋ, ਬੰਦਿਆਂ ਨੇ ਪਾਣੀ ਪੀਣ ਵਾਲੇ? ਆਹੋ। ਕਿੰਨੇ ਖੂਹ ਹਨ? ਤਰੇ ਤਰੇ। ਤੇ ਜਿਸ ਤਰ੍ਹਾਂ ਅੱਲ ਹੁੰਦੀ ਆ, ਫਲਾਣੇ ਦਾ ਖੂਹ, ਫਲਾਣੇ ਦਾ ਖੂਹ, ਕੀ ਅੱਲ ਸੀ ਕੋਈ? ਇੱਕ ਬਾਹਮਣਾਂ ਦਾ ਖੂਹ ਖਵਾਉਂਦਾ ਸੀ। ਠੀਕ ਹੈ, ਠੀਕ ਹੈ। ਇਹ ਰਾਜਿਆਂ ਦਾ ਖਵਾਉਂਦਾ ਸੀ, ਉਹ ਜਨਾਂ ਦਾ ਖਵਾਉਂਦਾ ਸੀ। ਠੀਕ ਹੈ, ਠੀਕ ਹੈ, ਠੀਕ ਹੈ। ਕੋਈ ਤਲਾਸ਼ਰਾ ਵੀ ਆਹੀ? ਆਹੋ, ਤਲਾਹ ਆਹੀ। ਕਿੱਥੇ ਜੀ ਕਰਕੇ? ਉਹ ਹੁੰਦੀ ਹੈ ਤਲਾਬ ਮਜ਼ਾਰ ਦੇ ਆਸ ਪਾਸੇ ਕਰਕੇ। ਹਾਂ, ਠੀਕ ਹੈ, ਠੀਕ ਹੈ, ਠੀਕ।
ਤੇ ਇਹ ਨਾਲਾ ਜਿਹੜਾ ਇਹ ਵੀ ਉਦੋਂ ਦਾ ਮੁਸ਼ਕਿਲ ਵਗਦਾ, ਇਹ ਬੜਾ ਸਾਫ ਨਾਲਾ ਵਗਦਾ। ਅੱਛਾ ਜੀ, ਪੁਰਾਣਾ ਪੁਰਾਣਾ ਵਗਦਾ, ਪੁਰਾਣਾ ਤਾਂ ਬੜਾ ਸਾਫ ਪਾਣੀ। ਅੱਛਾ ਜੀ, ਤੇ ਬਾਰਾਂ ਮਹੀਨੇ ਚੱਲਦਾ ਰਹਿੰਦਾ? ਬਾਰਾਂ ਮਹੀਨੇ। ਅੱਛਾ ਜੀ, ਇਹ ਬੜਾ ਫਾਇਦਾ ਮਤਲਬ ਡੰਗਰਾਂ ਨੂੰ ਪਾਣੀ ਡਾਹਣ ਦਾ, ਬੜਾ ਮਤਲਬ ਆਰਾਮ। ਠੀਕ ਹੈ ਠੀਕ ਹੈ। ਜਿਹੜੀ ਤੁਸੀਂ ਆਪਣੀ ਉਸ ਤੋਂ ਪਹਿਲਾਂ ਨਾ ਦੇਖਦੇ ਪਏ ਪੁਰਾਣਾ ਵਗਦਾ? ਦੇਖਾਂ ਪਹਿਲਾਂ ਜਿਹੜਾ ਵਗਦ ਦੇਖਿਆ ਨਾ ਹਾਂ। ਅੱਛਾ, ਐਂਡ ਖੂੰਗਾਂ ਨੂੰ ਵੀ ਪਾਣੀ ਮੁੱਕ ਜਾਂਦਾ ਸੀ। ਠੀਕ ਹੈ ਠੀਕ ਹੈ। ਅਤੇ ਛੱਪੜ ਤਲਾ 'ਚ ਕੋਈ ਨਹੀਂ ਹੁੰਦਾ, ਇਹ ਜਿਹੜਾ ਲਗਵਾਲ ਨਾ। ਹਾਂਜੀ ਹਾਂਜੀ, ਲਗਵਾਲ ਦਾ ਇੱਕ ਛੱਪੜ। ਅੱਛਾ, ਉਹਦਾ ਨਹੀਂ ਮੁੱਕਦਾ, ਇੱਥੋਂ ਦਾ ਪਾਣੀ ਲਗਵਾਲ ਪਾਣੀ ਮਾਰ ਦੁਪਹਿਰ ਨੂੰ ਜਾਂਦਾ ਸੀ। ਅੱਛਾ ਜੀ, ਅਤੇ ਜਾਂ ਨਾਲਾ ਇਹ ਘੱਟ ਸਕਦਾ, ਅਤੇ ਜਾਂ ਇਹਦੇ 'ਚ ਜਾ ਕੇ ਪਾਣੀ ਡਾਂਦੇ। ਠੀਕ ਹੈ ਠੀਕ ਹੈ ਠੀਕ ਠੀਕ ਹੈ ਠੀਕ। ਜਾਂ ਕਦੇ ਗਾਹ ਸ਼ਾਹ ਜਦ ਮੁੱਕਦੇ ਹਨ, ਠੀਕ ਹੈ, ਅੱਗੇ ਉੱਥੇ ਜਾ ਕੇ ਨਵਾਲ ਦਿੰਦੇ। ਠੀਕ ਹੈ ਠੀਕ ਹੈ। ਚਲੋ ਜੀ, ਅੱਛਾ ਹੁਣ ਤੁਹਾਨੂੰ ਇਹ ਦੱਸੋ ਤੁਸੀਂ ਕਿ ਇੱਥੇ ਕੋਈ ਸਕੂਲ ਵੀ ਆ ਸੀ ਪਾਕਿਸਤਾਨੀ ਦਸਤਾਨ ਬਣਨ ਤੋਂ ਪਹਿਲਾਂ? ਕੋਈ ਸਕੂਲ ਆ ਸੀ? ਸਕੂਲ 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 ਨਹੀਂ ਨਹੀਂ। ਅਤੇ ਕਿੱਥੇ ਪੜ੍ਹਨ ਪੁੜ੍ਹਨ ਜਾਂਦੇ ਰਹੇ ਬੱਚੇ? ਇਹ ਜੇ ਕੋਈ ਪੜ੍ਹਨਾ ਚਾਹੁੰਦਾ ਤਾਂ ਕਿੱਥੇ ਜਾਂਦਾ ਰਹੇ? ਅੱਠਵੀਂ ਦਾ ਪੰਜਵੀਂ ਦਾ ਚਾ ਸਕੂਲ ਦੁਆਰੇ ਚੌਥੀ ਦਾ। ਅੱਛਾ, ਅਤੇ ਦੁਆਰੇ ਜਾਂਦੇ ਆ ਪੜ੍ਹਨ, ਅਤੇ ਉਸ ਤੋਂ ਬਾਅਦ ਫਿਰ ਸਕੂਲ ਇੱਥੇ ਦਰਮਾਨ ਦਰਮਾਨ ਅਸ਼ਮੀ ਦਾ। ਅੱਛਾ, ਜਾਂ ਦੇ ਬੜ ਪਿੰਡ। ਅੱਛਾ, ਫਿਰ ਇੱਥੇ ਪੜ੍ਹਦੇ ਰਹੇ। ਠੀਕ ਹੈ ਠੀਕ ਹੈ। ਹਾਂ, ਦਸਵੀਂ ਦਾ ਸਕੂਲ ਆ ਕੇ ਜਬਾਲ ਸੀ। ਜਬਾਲ ਜਾਂ ਫਿਰ ਜਫਰਵਾਲ? ਜਫਰਵਾਲ ਬਿਆਨ ਨਹੀਂ ਸੀ। ਜਫਰਵਾਲ ਬਿਆਨ ਨਹੀਂ ਨਹੀਂ ਜਫਰਵਾਲ ਪੁਰਾਣਾ ਸਕੂਲ ਹੈ। ਜਫਰਵਾਲ ਜਫਰਵਾਲ ਪੁਰਾਣਾ ਸਕੂਲ ਹੈ। ਨਹੀਂ ਜਫਰਵਾਲ ਨਹੀਂ ਆ ਜਾ ਕੇ ਨਾ, ਅਤੇ ਦਸਵੀਂ ਜਿਹੜਾ ਪੜ੍ਹਦਾ ਸੀ ਨਾ ਸਾਡੇ ਪਿੰਡਾਂ 'ਚੋਂ। ਅੱਛਾ, ਅਤੇ ਸਾਂਬੇ ਜਾ ਕੇ ਪੜ੍ਹਦਾ ਸੀ। ਸਾਂਬੇ? ਹਾਂ। ਅੱਛਾ ਜੀ, ਬੜਾ ਬੜਾ ਸਫ਼ਰ ਫਿਰ। ਹਾਂ, ਰਹਿੰਦੇ ਉੱਥੇ। ਹਾਂ, ਉੱਥੇ ਰਹਿੰਦੇ ਹੋਣੇ। ਠੀਕ ਹੈ ਠੀਕ ਹੈ ਠੀਕ ਹੈ ਠੀਕ। ਅਤੇ ਸਾਂਬੇ ਕਿੰਨੀ ਤੱਕ ਸਕੂਲ ਸੀ? ਹਾਂ, ਉੱਥੇ ਕਿੰਨੀ ਤੱਕ ਸਕੂਲ ਸੀ ਸਾਂਬੇ? ਕੀ ਮੈਂ ਸਾਂਬੇ ਕਿੰਨੀ ਤੱਕ ਸਕੂਲ ਸੀ? ਸਾਂਬਾ ਉੱਥੇ ਕਿੰਨੀ ਤੱਕ ਸਕੂਲ ਸੀ? ਮੈਂ ਜਾ ਕੇ ਨਹੀਂ ਦੇਖਿਆ। ਅੱਛਾ, ਦੇਖਿਆ ਤਾਂ ਨਹੀਂ ਸ਼ਹਿਰ? ਠੀਕ ਹੈ ਠੀਕ ਹੈ। ਅਤੇ ਕਿਤੇ ਜੰਮੂ ਵੀ ਨਹੀਂ ਗਏ? ਜੰਮੂ ਦੇਖਣ ਚੜਿਆ ਆਉਂਦਾ, ਚਲੋ ਮੈਂ ਪਾਕਿਸਤਾਨ ਦਾ ਰੋਲ ਪੈ ਗਿਆ ਤਾਂ ਫਿਰ ਮੋੜ ਆਇਆ। ਠੀਕ ਹੈ, ਅਤੇ ਇੱਧਰ ਕਿਹੜਾ ਕਿਹੜਾ ਸ਼ਹਿਰ ਦੇਖਿਆ ਤਾ? ਇੱਧਰ ਅੰਮ੍ਰਿਤਸਰ ਦੇਖਿਆ। ਅੱਛਾ, ਹੋਰ? ਪਠਾਨਕੋਟ ਦੇਖਿਆ। ਅੱਛਾ, ਲਾਹੌਰ ਦੇਖਿਆ। ਅੱਛਾ, ਉਹਦੇ ਹੁਣ ਵੀ ਦੇਖਦੇ। ਠੀਕ ਹੈ ਠੀਕ ਹੈ। ਅਤੇ ਪਠਾਨਕੋਟ ਕਿੱਧਰ ਕਰਕੇ ਆ? ਪਠਾਨਕੋਟ ਕਿੱਧਰ ਕਰਕੇ? ਇੱਥੇ ਸਿੱਧਾ ਤੋਂ ਸਿੱਧਾ ਮਸਲ ਚੜ੍ਹਦੇ ਨੂੰ ਚੜ੍ਹਦੇ। ਅੱਛਾ, ਇਹ ਕਿੱਧਰ ਨੂੰ? ਵੱਡੇ ਭਾਈ ਨੂੰ ਜਾਣਾ ਪੈਂਦਾ? ਹਾਂ, ਵੱਡੇ ਭਾਈ ਨੂੰ ਜਾਣਾ ਪੈਂਦਾ ਜਾਂ ਖਲਾਸਪੁਰ? ਨਹੀਂ, ਮੈਂ ਉਦੋਂ ਵੀ ਆਇਆ ਉਦੋਂ। ਅੰਮ੍ਰਿਤਸਰ ਦੇ ਅੰਮ੍ਰਿਤਸਰ। ਠੀਕ ਹੈ ਠੀਕ ਹੈ ਠੀਕ ਹੈ। ਅਤੇ ਅੰਮ੍ਰਿਤਸਰ ਕਿਹੜੀ ਸਾਈਡ 'ਤੇ? ਇੱਧਰ? ਆਹੋ, ਅੰਮ੍ਰਿਤਸਰ ਇੱਧਰ। ਅੰਮ੍ਰਿਤਸਰ ਇੱਥੇ। ਠੀਕ ਹੈ ਠੀਕ ਹੈ ਠੀਕ। ਅਤੇ ਗੁਰਦਾਸਪੁਰ ਕਿੱਧਰ ਸੀ? ਗੁਰਦਾਸਪੁਰ ਉਹ ਵੀ ਇੱਥੇ ਹੈ। ਉਹ ਵੀ ਇੱਧਰ? ਠੀਕ ਹੈ ਠੀਕ ਹੈ। ਕਿਉਂਕਿ ਪਹਿਲੇ ਸਾਡੇ ਜ਼ਿਲ੍ਹੇ ਹਨ ਉਹ ਹੀ ਹਨ, ਗੁਰਦਾਸਪੁਰ ਜ਼ਿਲ੍ਹਾ ਸੀ, ਤਹਿਸੀਲ ਸ਼ਕਰਗੜ੍ਹ ਨਹੀਂ ਸੀ, ਜ਼ਿਲ੍ਹਾ ਗੁਰਦਾਸਪੁਰ ਹੁੰਦਾ ਰਿਹਾ। ਪਤਾ ਨਾ ਇਹਦਾ ਤੁਸੀਂ ਸਾਨੂੰ। ਠੀਕ ਹੈ, ਅਤੇ ਜਿਸ ਟਾਈਮ ਤੁਸੀਂ ਹਿੰਦੁਸਤਾਨ ਅਤੇ ਪਾਕਿਸਤਾਨ ਬਣੇ ਹੋਏ, ਤੁਹਾਡੀ ਕਿੰਨੀ ਕੁ ਉਮਰ ਸੀ? ਉਦੋਂ ਮੇਰੀ 31 ਸਾਲ ਉਮਰ ਸੀ। 31 ਸਾਲ? ਮਾਸ਼ਾਅੱਲਾ ਮਾਸ਼ਾਅੱਲਾ। ਇਹਦਾ ਮਤਲਬ ਹੈ ਅਤੇ ਸ਼ਾਦੀ ਤੁਹਾਡੀ ਪਹਿਲੇ ਹੋਈ ਬਾਅਦ 'ਚ? ਇੱਕ ਪਹਿਲਾਂ ਜੀਜ ਮਰ ਗਈ ਅਤੇ ਫਿਰ ਬਾਅਦ 'ਚ ਹੋਈ। ਅੱਛਾ, ਦੋ ਸ਼ਾਦੀਆਂ ਹੋਈਆਂ। ਅਤੇ ਜਿਹੜੀ ਪਹਿਲੇ ਸ਼ਾਦੀ ਹੋਈ ਉਹ ਕਿੱਥੇ ਹੋਈ? ਚੱਕਮਰੂ। ਚੱਕਮਰੂ? ਹਾਂ, ਦਰਗੋਟਾ ਨਾਮ ਪਿੰਡ। ਅੱਛਾ, ਅਤੇ ਜਿਹੜੇ ਪਹਿਲੀ ਸ਼ਾਦੀ ਹੋਈ ਆ ਤੁਹਾਡੀ?
ਤੇ ਕਿਸ ਤਰ੍ਹਾਂ ਗਏ ਹੋ ਮਸਲ ਪੈਦਲ ਜਾਂਦੇ ਹੋ, ਪਤਾ ਚੱਲ ਜਾਏ ਅਗਲੀ ਨਸਲ ਨੂੰ ਪੈਦਲ ਗਏ ਹੋ ਜਾਂ ਪੈਦਲ, ਤੇ ਤੁਸੀਂ ਵੀ ਪੈਦਲ ਨਹੀਂ, ਤੁਸੀਂ ਘੋੜੀ ਤੇ ਡੋਲੀ ਜਾਂਦੇ ਆ? ਨਹੀਂ ਨਹੀਂ, ਤੁਸੀਂ ਘੋੜੀ ਤੇ ਗਏ ਹੋ ਨਾ? ਅਸੀਂ ਘੋੜੀ ਤੇ, ਘੋੜੀ ਤੇ ਬਾਕੀ ਜਾਂਦੇ ਪੈਦਲ? ਤੇ ਉਧਰੋਂ ਜਿਹੜੇ ਬਹੁਤੀ ਆਣੀ ਉਹ ਡੋਲੀ 'ਚ ਆਣੀ? ਠੀਕ ਹੈ, ਤੇ ਉਸ ਵੇਲੇ ਉੱਥੇ ਸਹੁਰੇ ਨੇ ਤੁਹਾਨੂੰ ਕੀ ਖਿਲਾਇਆ ਪਿਲਾਇਆ ਸੀ ਉਸ ਵੇਲੇ? ਕੀ ਕਿਹੜੀ ਕਿਹੜੀਆਂ ਡਿਸ਼ਾਂ ਚੱਲਦੀਆਂ? ਇਹ ਦਾਲ ਦਾ ਜੋ ਦੱਸਾਂ ਜਾਂ ਸ਼ੱਕਰ ਦੇ, ਜਿਹਨੂੰ ਪ੍ਰਿਆ ਕਹਿੰਦੇ ਨੇ, ਪ੍ਰਿਆ ਪ੍ਰਿਆ ਖਵਾਉਂਦੇ ਨੇ, ਠੀਕ ਹੈ। ਤੇ ਉਦੋਂ ਰਾਤਾਂ 'ਤੇ ਜਾਂਦੇ ਨਹੀਂ ਜੰਜ? ਰਾਤ ਰਾਤ ਗਏ ਜਿਹੜੇ ਮੁਸਲਮਾਨ ਹਨ, ਇੱਕ ਰਾਤ ਰਹਿੰਦੇ ਹਨ ਤੇ ਦੁਆਲੇ ਦੋ ਰਾਤਾਂ। ਅੱਛਾ, ਉਹ ਦੋ ਰਾਤ? ਠੀਕ ਹੈ ਠੀਕ ਹੈ, ਤੁਸੀਂ ਇੱਕ ਰਾਤ ਰਹੇ ਹੋ, ਠੀਕ ਹੈ। ਤੇ ਉਹ ਫਿਰ ਜਿਹੜਾ ਬਾਕੀ ਰਾਤਾਂ ਰਹਿੰਦੇ ਹਨ ਉਹ ਕੀ ਖਵਾਉਂਦੇ ਪੈਂਦੇ ਹਨ? ਸਾਰੇ ਇਹੋ ਹੀ ਚੀਜ਼ਾਂ? ਇਹੋ ਹੀ। ਅੱਛਾ, ਬਟ ਜਬ ਜਾਂਦੀ ਦਾਦ ਜਾਓ, ਅੱਛਾ, ਤੇ ਬਟ ਲਿਆਓ ਉਪਰੀਆ, ਠੀਕ ਹੈ ਠੀਕ ਹੈ ਠੀਕ ਹੈ। ਘਿਓ ਜਿੰਨਾ ਕੋ ਮਰਜੀ ਖਾਏ, ਠੀਕ ਹੈ ਠੀਕ ਹੈ, ਇੰਨਾ ਖੁੱਲਾ ਹੁੰਦਾ ਰਹੇ ਖੁੱਲਾ, ਤੇ ਖੰਡ ਇਹ ਖਰਾਸਾਂ ਪੀਤੀ ਜਾਂਦੀ ਸੀ। ਅੱਛਾ, ਖਰਾਸਾਂ ਪੀਣੀ? ਬੜੀ ਮਿਹਨਤ ਕੀਤੀ। ਅੱਛਾ ਅੱਛਾ ਅੱਛਾ, ਇਹ ਵੀ ਆਮ ਪਾਣੀ? ਅੱਛਾ ਜੀ, ਠੀਕ ਹੈ ਠੀਕ ਹੈ। ਮਕਸਦ ਇਹ ਮੇਰਾ ਵੀਡੀਓ ਬਣਾਉਣ ਦਾ ਵੀ ਅਗਲੀ ਨਸਲ ਨੂੰ ਥੋੜ੍ਹਾ ਜਿਹਾ ਪਿਛਲਾ ਨਕਸ਼ਾ ਨਜ਼ਰ ਆ ਜਾਵੇ, ਅਤੇ ਪਿਛਲੇ ਇਹ ਮਾਹੌਲ ਸੀ ਸਾਡਾ। ਅਤੇ ਹੁਣ ਤੁਸੀਂ ਸਾਨੂੰ ਦੱਸੋ ਕਿ ਉਸ ਵਕਤ ਇਹ ਜਿਹੜੇ ਹਨ ਸਿੱਕੇ ਸੁੱਕੇ, ਇਹਨਾਂ ਨੂੰ ਕੀ ਕਹਿੰਦੇ ਰਹੇ ਹਨ? ਇਹ ਸਿੱਕੇ ਜਿਸ ਤਰ੍ਹਾਂ ਅੱਜ ਕੱਲ੍ਹ ਰੁਪਈਆ ਕਹਿੰਦੇ ਹਾਂ, 5 ਰੁਪਈਏ, ਆਹੋ ਸਿੱਕਿਆਂ ਨੂੰ ਸਭ ਤੋਂ ਛੋਟਾ ਸਿੱਕਾ ਕਿਹੜਾ ਹੁੰਦਾ ਸੀ, ਵੱਡਾ ਕਿਹੜਾ ਹੁੰਦਾ ਸੀ ਦੱਸੋ ਯਾਰ। ਇੱਕ ਰੁਪਈਆ ਪਹਿਲਾਂ ਇੱਕ ਪਾਊਂਡ ਹੁੰਦਾ ਸੀ 16 ਰੁਪਈਆਂ ਦਾ, 14 ਰੁਪਈਆਂ ਦਾ, ਠੀਕ ਹੈ ਠੀਕ ਹੈ, ਸੋਨੇ ਦਾ, ਠੀਕ ਹੈ ਠੀਕ ਹੈ, ਤੋਲੇ ਦਾ, ਠੀਕ ਹੈ ਠੀਕ ਹੈ। ਤੇ ਇਹ ਰੁਪਈਆ ਚਾਂਦੀ ਦਾ ਹੁੰਦਾ ਸੀ, ਅੱਛਾ, ਜੇ ਜਿਹਦੀ ਭੂਮਤ ਆਉਣੀ ਹੁੰਦਾ ਉਹਦਾ ਰੁਪਈਆ ਹੋਣਾ, ਠੀਕ ਹੈ। ਤੇ ਬਲਕਾਂ ਦਾ ਏ, ਮੁੰਡਰ ਆਏ, ਹੈ ਇਹ ਚੰਗਾ ਏ ਮਾੜਾ, ਠੀਕ ਹੈ ਠੀਕ ਹੈ। ਰੁਪਈਏ ਹੁੰਦੇ ਹਾਂ 16 ਪੈਸੇ, ਅੱਛਾ ਜੀ, ਠੀਕ ਹੈ, ਵੱਡੇ ਵੱਡੇ, ਠੀਕ ਹੈ ਠੀਕ ਹੈ। ਤੇ ਉਹਦੇ ਦੋ ਢੇਦੇ ਹੁੰਦੇ ਸੀ ਪੈਸੇ ਦੇ, ਦੋ ਦਮੜੀਆਂ ਦੀਆਂ ਢੇਦੇ ਦੀਆਂ, ਜਿਹਨੇ ਸਭ ਤੋਂ ਛੋਟਾ ਸਿੱਕਾ ਦਮੜੀ ਸੀ, ਸਭ ਤੋਂ ਛੋਟਾ ਸਿੱਕਾ ਦਮੜੀ, ਦਮੜੀ ਦਮੜੀ। ਇੱਕ ਹੁੰਦਾ ਰਹੀ ਆਬੀ, ਉਹਨੂੰ ਕੀ ਕਹਿੰਦੇ ਰਹੇ ਮੰਗੋਰੀ ਵਾਲਾ ਪੈਸਾ ਵੀ ਹੁੰਦਾ ਰਿਹਾ, ਉਹ ਬਾਅਦ 'ਚ ਨਿਕਲਿਆ ਮੇਰੇ ਨਾਲ, ਉਹ ਬਾਅਦ 'ਚ ਆਇਆ ਮੰਗੋਰੀ ਵਾਲਾ, ਉਹ ਬਾਅਦ 'ਚ ਆਇਆ ਮੇਰੇ ਨਾਲ, ਦਮੜੀ ਪਹਿਲਾਂ, ਦਮੜੀ ਤੇ ਜੇਲਾ ਪੁਰਾਣੇ, ਠੀਕ ਹੈ ਠੀਕ ਹੈ ਠੀਕ। ਅੱਛਾ, ਉਸ ਵਕਤ ਤੁਹਾਡੇ ਪਹਿਲੇ ਵਕਤ 'ਚ ਚੰਗੀ ਗਾਈ ਮਈ ਕਿੰਨੇ ਦੀ ਆਜਦੀ ਰਹੀ? ਚੰਗੀ ਦੇਖਾ, ਚੰਗੀ ਗਾਈ ਚੰਗੀ ਚੰਗੀ 3 ਰੁਪਈਏ, 24 ਰੁਪਈਏ, ਠੀਕ ਹੈ ਠੀਕ, 22 ਰੁਪਈਏ, ਠੀਕ ਹੈ ਠੀਕ, 2 ਰੁਪਈਏ ਵੀ। ਅੱਛਾ ਜੀ, ਅੱਛਾ 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 ਅੱਛਾ, ਠੀਕ ਹੈ ਠੀਕ ਹੈ ਠੀਕ ਠੀਕ। ਦੇ ਪਹਿਲੇ ਵਕਤਾਂ 'ਚ ਹਿੰਦੁਸਤਾਨ ਪਾਕਿਸਤਾਨ ਬਣਨ ਤੋਂ ਪਹਿਲਾਂ ਕਿਹੜੀ ਕਿਹੜੀ ਫਸਲ ਬੂਟਾ ਜ਼ਿਆਦਾ ਹੁੰਦਾ ਰਹੀ? ਫਸਲ ਬੂਟਾ ਕਿੰਨੇ ਕਿਹੜਾ ਕਿਹੜਾ ਜ਼ਿਆਦਾ ਹੁੰਦਾ ਰਹੀ ਫਸਲ? ਉਦੋਂ ਫਸਲ ਚਣੇ, ਅੱਛਾ, ਤੇ ਕਣਕ, ਅੱਛਾ, ਬਾਜਰਾ, ਠੀਕ ਹੈ, ਮਾਂ, ਠੀਕ ਹੈ, ਮੋਠ, ਠੀਕ ਹੈ, ਤੇ ਤਿਲ, ਠੀਕ ਹੈ। ਇਹ ਮੁੰਜੀ ਤਾਂ ਨਹੀਂ ਹੁੰਦੀ ਰਹੀ? ਨਹੀਂ, ਠੀਕ ਹੈ ਠੀਕ ਹੈ, ਮੁੰਜੀ ਕਾਢੀ ਹੁੰਦੀ ਹੈ ਕਿਤੇ ਕਿਤੇ, ਠੀਕ ਹੈ ਠੀਕ ਹੈ ਠੀਕ ਹੈ ਠੀਕ ਠੀਕ। ਤੇ ਉਸ ਤੋਂ ਇਲਾਵਾ ਕੋਈ ਟਿਮਕਲੀਆਂ ਵੀ ਹੁੰਦੀਆਂ ਰਹੀਆਂ? ਟਿਮਕਲੀਆਂ ਵੀ ਹੁੰਦੀਆਂ ਰਹੀਆਂ? ਬੜੀਆਂ ਟਿਮਕਲੀਆਂ ਲੱਗਦੀਆਂ? ਅੱਛਾ, ਠੀਕ ਹੈ ਠੀਕ ਹੈ। ਤੇ ਖੂਹ ਨਹੀਂ ਹੁੰਦੇ ਰਹੇ? ਕਿਤੇ ਹੁੰਦਾ ਸੀ, ਅੱਛਾ, ਠੀਕ ਹੈ ਠੀਕ ਹੈ। ਸਮਾਨ ਜਿਹੜਾ ਸੀ ਲੱਕੜੀ ਦਾ ਹੀ? ਅੱਛਾ, ਲੱਕੜੀ ਦਾ ਸਮਾਨ ਹੁੰਦਾ ਰਹੀ? ਲੱਕੜੀ ਦਾ ਸਮਾਨ ਤੇ ਟਿੰਡਾ ਮਹਿਕਮਾਰ, ਟਿੰਡਾ ਦੀਆਂ ਮਿੱਟੀ ਦੀਆਂ, ਆਹੋ, ਅੱਛਾ, ਪਕਾਈ ਜਾਂਦੀਆਂ ਤੇ ਉਹ ਫਿਰ
ਬੰਨੀਆਂ ਨਾਲ ਖਲੋਤਾ ਤੇ ਗੇੜਿਆ ਤੇ ਟਿੰਡਾਂ ਉੱਤੇ ਆਈਆਂ ਤੇ ਉਹ ਟੁੱਕਾ ਖਲੋ ਜਾਂਦਾ ਸੀ ਤੇ ਫਿਰ ਉਹ ਖੋਲਦਾ ਟਿੰਡ ਦਾ ਪਾਣੀ ਲਾਇਆ ਜਿੱਥੇ ਮਰਜ਼ੀ ਚੌ ਮਾਣਾ ਪਾਣੀ ਹੁੰਦਾ ਟਿੰਡ ਚ ਠੀਕ ਹੈ ਜਿੱਥੇ ਮਰਜ਼ੀ ਲਾਇਆ ਉਹਦਾ ਪੀ ਪੂ ਤੇ ਜੋ ਫਿਰ ਮੁੜ ਕੇ ਉੱਥੇ ਟਿੰਡ ਪਾਣੀ ਜਾਨੀ ਕਿ ਉਸ ਵੇਲੇ ਲੱਕੜੀ ਦੀ ਮਾਲ ਹੁੰਦੀ ਰਹੀ ਲੱਕੜੀ ਤੇ ਟਿੰਡਾਂ ਜਿਹੜੀਆਂ ਹੁੰਦੀ ਰਹੀ ਮਿੱਟੀ ਦੀਆਂ ਹੁੰਦੀਆਂ ਰਹੀਆਂ ਮਿੱਟੀ ਨਾਲ ਕੁੱਜੀਆਂ ਤਰ੍ਹਾਂ ਆਹ ਕੁੱਜੀਆਂ ਤਰ੍ਹਾਂ ਠੀਕ ਆ ਜੀ ਜਿਹਨੀ ਕਿ ਸਾਡੇ ਅਗਲੀ ਨਸਲ ਨੇ ਅੱਜ ਕੱਲ੍ਹ ਅਸੀਂ ਨਹੀਂ ਦੇਖੇ ਦੇ ਅਸੀਂ ਤਾਂ ਦੂਸਰੇ ਖੂਹ ਵੀ ਨਹੀਂ ਸਾਨੂੰ ਦੇਖੇ ਲੇਕਿਨ ਅਗਲੀ ਨਸਲ ਨੂੰ ਪਤਾ ਚੱਲ ਜਾਏ ਪਹਿਲਾਂ ਇਹ ਮਾਹੌਲ ਹੁੰਦਾ ਰਹੇ ਅੱਛਾ ਇਹ ਵੀ ਲੱਕੜੀ ਹੁੰਦੇ ਹਨ ਲੱਕੜੀ ਹੁੰਦੇ ਜ਼ਮੀਨ ਚ ਗੱਤ ਦਾ ਕਿਆ ਕੱਢਿਆ ਅੱਛਾ ਤੇ ਲੱਕੜੀ ਦੇ ਬਿੱਲ ਨੇ ਵੀ ਵੱਡੇ ਵੱਡੇ ਚਾਵਲ ਹੁੰਦੇ ਹਨ ਅੱਛਾ ਜੀ ਤੇ ਜਿਹੜੇ ਜਿਹੜੀਆਂ ਲੱਠਾਂ ਹੁੰਦੀਆਂ ਹਨ ਅੱਛਾ ਜੀ ਠੀਕ ਹੈ ਠੀਕ ਹੈ ਤੇ ਪੂਰੇ ਵਿੱਚ ਇੱਕ ਜਾਣੇ ਅੱਗੇ ਕਰਵਾਉਣਾ ਅੱਛਾ ਗੱਤ ਚ ਤੇ ਇੱਕ ਜਾਣੇ ਪਿੱਛੇ ਕਰਵਾਉਣਾ ਅੱਛਾ ਤੇ ਅੰਨੇ ਗੰਨੇ ਬੰਨ ਕਰਨਾ ਅੱਛਾ ਤੇ ਉਹ ਵਿੱਚ ਦੇਣੇ ਅੱਛਾ ਤੇ ਉਹ ਜਿਹੜਾ ਅਗਲੇ ਨੇ ਫੜਨੇ ਅੱਛਾ ਤੇ ਉਹ ਗੰਨੇ ਉਹਨੂੰ ਫਿਰ ਉਹ ਗੰਨੇ ਦੀ ਪੁੱਛੀ ਆ ਬਣਾਉਣ ਪਾਉਣਾ ਅੱਛਾ ਜੀ ਤੇ ਹੇਠ ਹੁੰਦੀ ਫਿਰ ਉਹਨੂੰ ਦੂਗੇ ਨੂੰ ਦੇਣਾ ਅੱਛਾ ਜੀ ਹੁਣ ਫਿਰ ਦੂਗੇ ਫਿਰ ਵਿੱਚ ਦੇਣਾ ਅੱਛਾ ਜੀ ਜਿਹਨੀ ਕਿ ਇੱਕ ਗੰਨਾ ਦੋ ਤਿੰਨ ਫੇਰਿਆਂ ਚ ਪਾ ਕੱਢਣਾ ਉਹ ਨਾਲ ਵੇਲਣਾ ਵੀ ਨਾਲ ਨਾਲ ਘਸਣਾ ਦੋੜਾ ਅੱਛਾ ਫੇਰ ਤੇ ਬੜਾ ਮੁਸ਼ਕਲ ਕੰਮ ਸੀ ਬੜਾ ਅੱਛਾ ਫੇਰ ਉਹ ਕੱਢਣਾ ਦੋ ਜੋਗਾ ਜੋੜਨੀਆਂ ਦੋ ਜੋਗਾ ਠੀਕ ਆ ਠੀਕ ਤੇ ਫੇਰ ਉਹ ਕੱਢਾ ਜਿਹੜੇ ਤਰੀ ਵਾਰੀ ਬਣਨਾ ਅੱਛਾ ਫਿਰ ਇੱਕ ਕੌਡੀ ਨਿਕਲਦਾ ਵਿੱਚੋਂ ਰਹੋ ਉਹ ਨਿਰਾਕਰਨ ਅੱਛਾ ਉਹਨਾਂ ਕੀ ਹੈ ਨਾ ਅੱਛਾ ਠੀਕ ਆ ਠੀਕ ਆ ਠੀਕ ਇਹ ਗੱਲਾਂ ਮੈਨੂੰ ਪਹਿਲੇ ਨਹੀਂ ਹਾਲਾਂ ਬੜੇ ਇੰਟਰਵਿਊ ਲੈਣੇ ਲੇਕਿਨ ਇਹ ਗੱਲਾਂ ਨਹੀਂ ਜਿਹੜੀਆਂ ਤੁਸੀਂ ਦੱਸ ਰਹੇ ਹੋ ਪਹਿਲਾਂ ਗੱਲਾਂ ਨਹੀਂ ਪਤਾ ਚੱਲਿਆ ਜਾਣੀ ਇਹ ਚੀਜ਼ਾਂ ਮੈਂ ਪੁੱਛਣਾ ਚਾਹੁੰਦਾ ਪਿਛਲੀ ਕਲਚਰ ਮੈਂ ਕਹਿੰਦਾ ਕਿ ਅਗਲੀ ਨਸਲ ਤੱਕ ਪੁੱਜ ਸਾਡਾ ਪਿਛਲਾ ਰਹਿਤ ਬਹਿਤ ਪਤਾ ਚੱਲ ਜਾਵੇ ਹੋਰ ਅੱਛਾ ਪਹਿਲੇ ਵਕਤਾਂ 'ਚ ਤੁਹਾਡੇ ਪਾਕਿਸਤਾਨੀ ਦਸਤਾਨ ਬਣਨ ਤੋਂ ਪਹਿਲਾਂ ਇੱਥੇ ਕੋਈ ਮੇਲੇ ਛੇਲੇ ਵੀ ਹੁੰਦੇ ਰਹੇ ਹਨ ਕਿਹੜਾ ਕਿਹੜਾ ਮੇਲਾ ਸੀ ਆਲੇ ਦੁਆਲੇ ਮਸ਼ਹੂਰ ਭੈਰੋਨਾਥ ਠੀਕ ਆ ਹੋਰ ਸਾਡੇ ਇਲਾਕੇ ਜਾਇਆ ਸੀ ਤੇ ਉਸ ਵੇਲੇ ਛਿੰਝਾਂ ਹੁੰਦੀ ਰਹੀ ਤੇ ਕੀ ਕੌਡੀਆਂ ਹੁੰਦੀ ਰਹੀਆਂ ਘੋਲ ਹੁੰਦੇ ਰਹੇ ਘੋਲ ਹੁੰਦੇ ਰਹੇ ਤੇ ਕਿਹੜੇ ਕਿਹੜੇ ਕੋਈ ਭਲਵਾਨ ਮਸ਼ਹੂਰ ਹਾਂ ਕੋਈ ਤੁਹਾਨੂੰ ਜਿਹੜੇ ਜਿਹੜੇ ਯਾਦ ਨੇ ਨਾਂ ਕੋ ਦੱਸੋ ਪਹਿਲਾਂ ਪਤਾ ਕੀ ਚੱਲਾਂ ਜਾਂਦੀਆਂ ਹਨ ਅੱਛਾ ਦੋ ਟੋਕਰੇ ਗੋਲ ਲੈ ਜਾਣਾ ਅੱਛਾ ਤੇ ਢੋਲ ਵੱਡੇ ਲਾ ਬਣ ਵਜਾਣਾ ਅੱਛਾ ਜੀ ਛਿੰਝ ਅੱਛਾ ਜੀ ਤੇ ਉੱਥੇ ਲੋਕਾਂ ਵਜਾਣਾ ਗੋਲ ਦੀ ਖਾਣਾ ਅੱਛਾ ਜੀ ਘੋਲ ਦੇਖਣੇ ਅੱਛਾ ਜੀ ਠੀਕ ਆ ਠੀਕ ਆ ਠੀਕ ਹੈ ਠੀਕ ਠੀਕ ਤੇ ਉਸ ਵੇਲੇ ਕੋਈ ਪਤਾ ਕੋਈ ਕਿਹੜੇ ਕਿਹੜੇ ਭਲਵਾਨ ਮਸ਼ਹੂਰ ਹਨ ਕੋਈ ਇੱਥੇ ਜਿਹੜੇ ਆਉਂਦੇ ਰਹੇ ਹਨ ਛਿੰਝਾਂ 'ਚ ਫਕੀਰ ਪੰਜ ਛੇ ਭਰਾ ਚਾਰ ਪੰਜ ਅੱਛਾ ਉਹ ਵੀ ਘੁੱਲਦੇ ਹਨ ਠੀਕ ਹੈ ਇੱਕ ਅੱਜ ਜਿਹੜਾ ਜਲਾ ਸੀ ਅੱਛਾ ਜੀ ਉਹ ਘੁੱਲਦਾ ਉਹ ਬਹੁਤ ਛਿਤਾਨ ਪੈਂਦਾ ਬੜਾ
ਜਵਾਨ ਬੜਾ ਨਿਕਲਿਆ ਸੀ ਜੱਪੋ ਲੋਟੇ ਦਾ ਜੋ ਵੀ ਠੀਕ ਆ ਠੀਕ ਤੇ ਉਹਨੂੰ ਮਾਰ ਛੱਡਿਆ ਸੀ ਦੇ ਕੇ ਬਲਵਾਨ ਠੀਕ ਆ ਠੀਕ ਆ ਠੀਕ ਸਾਡੇ ਪਿੰਡ ਦਾ ਦੇਖਿਆ ਨੀ ਕਿ ਨਾਗਾ ਜੋ ਵੀ ਹੁੰਦਾ ਸੀ ਅੱਛਾ ਜੀ ਉਹ ਐਥੋਪੀਆ ਅੱਛਾ ਉਹ ਚਲ ਗਏ ਨਾਲ ਕੀ ਨਾਂ ਸੀ ਉਹਦਾ ਕੀ ਨਾਂ ਸੀ ਨਾਗਾ ਅੱਛਾ 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 ਤੇ ਹੁਣ ਸਾਨੂੰ ਦੱਸੋ ਕਿ ਇੱਥੇ ਕੋਈ ਦੁਕਾਨ ਸ਼ਕਾਨ ਵੀ ਹੁੰਦੀ ਰਹੀ ਪਾਕਿਸਤਾਨੀ ਦਸਤਾਨ ਬਣਨ ਤੋਂ ਪਹਿਲਾਂ ਦੁਕਾਨ ਕੋਈ ਹੁੰਦੀ ਰਹੀ ਪਾਕਿਸਤਾਨੀ ਦਸਤਾਨ ਬਣਨ ਤੋਂ ਪਹਿਲਾਂ ਦੁਕਾਨ ਕੋਈ ਨੀ ਠੀਕ ਤੇ ਸੌਦਾ ਸਾਲ ਫਿਰ ਕਿੱਥੋਂ ਲਿਆਣਾ ਮਿੱਟੀ ਦਾ ਤੇਲ ਲੈਣਾ ਅੱਛਾ ਬਾਲਣਾ ਅੱਛਾ ਬੱਤੀਆਂ ਬਾਲਣੀਆਂ ਜਾਂ ਦੀਵੇ ਬਾਲਣੇ ਠੀਕ ਹੈ ਠੀਕ ਹੈ ਤੇ ਆਮ ਲੋਕ ਬਾਲਦੇ ਹਨ ਦੀਵਾ ਤੇਲ ਆਮ ਹੋਣੀ ਸਰੂ ਅੱਛਾ ਤੋਰੀ ਸਰੂ ਦੇ ਤੇਲ ਨਾਲ ਦੀਵਾ ਬਾਲਣਾ ਤੇਲ ਬਾਲਣਾ ਅੱਛਾ 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 ਠੀਕ ਹੈ ਠੀਕ ਹੈ ਜਿਹਨੇ ਸਰੂ ਦੇ ਤੇਲ ਦਾ ਦੀਵਾ ਬਾਲਣਾ ਤੇ ਵਿੱਚ ਬੱਤੀ ਕਾਹਦੀ ਹੋਣੀ ਭਾਂਡੇ ਘਿਓ ਦੇ ਭਰੇ ਤੇਲ ਦੇ ਜਗੜਾ ਦਾ ਦਿਨ ਹਰ ਇੱਕ ਨੇ ਪਾਉਣਾ ਠੀਕ ਹੈ ਠੀਕ ਹੈ ਠੀਕ ਹੈ ਤੇ ਪਾਕਿਸਤਾਨੀ ਦਸਤਾਨ ਬਣਨ ਤੋਂ ਪਹਿਲਾਂ ਇੱਥੇ ਕੋਈ ਮਸਜਿਦ ਹੈ ਸੀ ਮਸਜਿਦ ਕੱਚੀ ਸੀ ਪੱਕੀ ਕੱਚੀ ਤੇ ਮਾਂ ਮਸਜਿਦ ਹੈ ਕੋਈ ਨਹੀਂ ਮਾਂ ਮਸਜਿਦ ਕੋਈ ਮਾਂ ਮਸਜਿਦ ਸਾਡਾ ਇੱਕ ਆਪਣਾ ਮਾਲ ਵੀ ਸੀ ਅੱਛਾ ਬੜਾ ਬੜਾ ਆਦਮੀ ਉਹਦੇ ਕੋਲ ਅੱਛਾ ਉਹ ਨਮਾਜ਼ ਵੀ ਬੜਾ ਨਾਰਿਆ ਨਾਰਿਆ ਕੀ ਨਾਂ ਸੀ ਉਹਦਾ ਦਿਲ ਮੁਹੰਮਦ ਦਿਲ ਮੁਹੰਮਦ ਠੀਕ ਹੈ ਠੀਕ ਠੀਕ ਹੈ ਉਹ ਪੜ੍ਹਾਉਂਦਾ ਰਿਹਾ ਠੀਕ ਹੈ ਤੇ ਕੋਈ ਮੰਦਰ ਮੁੰਦਰ ਹੈ ਸੀ ਨਹੀਂ ਮੰਦਰ ਕੋਈ ਨਹੀਂ ਠੀਕ ਹੈ ਠੀਕ ਹੈ ਤੇ ਪਾਕਿਸਤਾਨ ਅਤੇ ਹਿੰਦੁਸਤਾਨ ਬਣਨ ਤੋਂ ਪਹਿਲਾਂ ਦਰਮਾਨ ਵੀ ਜਾਣਾ ਆਉਣਾ ਸੀ ਦਰਮਾਨ ਜਾਂਦੇ ਰਹੇ ਹੋ ਤੇ ਦਰਮਾਨ ਉਦੋਂ ਬਾਜ਼ਾਰ ਕਿੱਡਾ ਕੁ ਵੱਡਾ ਸੀ ਬਾਜ਼ਾਰ ਇੰਨਾ ਗਈ ਜਿੰਨਾ ਹੋਣਾ ਅੱਛਾ ਤੇ ਉਦੋਂ ਕਿਸ ਕਿਸ ਰੰਗ ਦੀ ਦੁਕਾਨ ਹੁੰਦੀ ਰਹੀ ਹੁੰਦੀਆਂ ਅੱਛਾ ਜੀ ਤੇ ਜਾਂ ਕੋਈ ਖਾਣ ਪੀਣ ਲਈ ਕਦੀ ਦੌੜੀਆਂ ਤੇ ਕਿੰਨਾ ਦੀਆਂ ਦੁਕਾਨਾਂ ਹਨ ਜ਼ਿਆਦਾ ਖਤਰੀਆਂ ਖਤਰੀਆਂ ਦਰਮਾਨ ਮੁਸਲਮਾਨਾਂ ਦੁਕਾਨ ਹੀ ਕੋਈ ਨਹੀਂ ਠੀਕ ਹੈ ਠੀਕ ਹੈ ਸਭ ਖਤਰੀਆਂ ਸਭ ਖਤਰੀ ਠੀਕ ਹੈ ਠੀਕ ਹੈ ਠੀਕ ਤੇ ਉਹ ਨਾਗਰਮਾਲ ਤੇ ਸਦਾਗਰਮਾਲ ਜਿਹਨਾਂ ਨੇ ਮਤਲਬ ਸੁਣ ਕੋਈ ਜਾਣਦੇ ਉਹਨਾਂ ਨੇ ਮਤਲਬ ਨਾਗਰ ਸ਼ਾਹ ਤੇ ਸਦਾਗਰ ਸ਼ਾਹ ਅੱਛਾ ਉਹ ਸਿੰਬਲੀ ਦੇ ਖਲੋਂਦਾ ਮੈਂਬਰ ਅੱਛਾ ਜੀ ਉਹ ਵਜਾਉਂਦਾ ਰਿਹਾ ਅੱਛਾ ਅਸੈਂਬਲੀ ਦਾ ਮੈਂਬਰ ਖਲੋਂਦਾ ਰਿਹਾ ਅੱਛਾ ਜੀ ਬੜਾ ਤਗੜਾ ਬੰਦ ਜੇ ਉਹ ਜੂੰਦਾ ਰਹਿੰਦਾ ਨਾ ਅੱਛਾ ਤੇ ਇੱਥੇ ਗੱਡੀ ਆਉਣੀ ਸੀ ਇਹ ਮੈਂ ਬੜੇ ਬਜ਼ੁਰਗਾਂ ਕੋਲ ਸੁਣਿਆ ਇਹ ਜਿਹੜੇ ਜਿਹੜੇ ਬਜ਼ੁਰਗਾਂ ਅੱਗੇ ਵੀ ਦਊ ਇਹਨਾਂ ਬਜ਼ੁਰਗਾਂ ਨੇ ਦੱਸਿਆ ਵੀ ਅਗਰ ਉਹ ਜਿੰਦਾ ਰਹਿੰਦਾ ਤਾਂ ਇੱਥੇ ਜੁਰਮਾਨ ਮੁੰਡੇ ਟ੍ਰੇਨ ਆਈ ਨਹੀਂ ਨਾਗਰਮਾਲ ਨੂੰ ਜਿੰਨੀ ਪਥਰੀ ਨੇ ਦਿੱਤਾ ਮਾਰਿਆ ਜਾਂ ਭਰਜਾਈ ਨੇ ਮੈਂ ਸੁਣਿਆ ਭਰਜਾਈ ਨੇ ਮਾਰਿਆ ਨਹੀਂ ਭਰਜੀਏ ਮਾਰੇ ਭਤੀਜੇ ਮਾਰੇ ਠੀਕ ਹੈ ਠੀਕ ਹੈ ਤਾਂ ਫਿਰ ਉਹ ਅਲੱਗ ਹੋ ਗਏ ਫਿਰ ਅਲੱਗ ਹੋ ਕੇ ਦੱਸਦੇ ਆ ਮਕਾਨ ਬਣਾਏ ਹਨ ਜਿਹੜੇ ਮੰਦਰ ਕੋਲ ਨੇ ਮਕਾਨ ਇਹ ਫਿਰ ਅਲੱਗ ਹੋ ਕੇ ਉਹਦੇ ਮੁੰਡੇ ਨੇ ਬਣਾਏ ਨੇ ਅੱਗੋਂ ਵੈਦਨ ਤੇ ਦੋ ਗੱਡੀਆਂ ਅੰਮ੍ਰਿਤਸਰ ਆਉਂਦੀਆਂ ਹਨ ਅੱਛਾ ਅੱਛਾ ਦਰਮਾਨ ਜਿਹੜੀ ਪਾਕਿਸਤਾਨ ਬਣਨ ਤੋਂ ਪਹਿਲਾਂ ਵੀ ਆਉਂਦੀ ਰਹੀ ਗੱਡੀਆਂ ਪਹਿਲਾਂ ਦੋ ਗੱਡੀਆਂ ਆਉਂਦੀਆਂ ਹਨ ਕੱਚੀ ਛੱਡ ਕੇ ਤੇ ਆਉਣਾ ਵੀ ਤੇ ਜਾਣਾ ਵੀ ਤੇ ਉਹ ਕਿੱਥੋਂ ਦੀਆਂ ਦਰਮਾਨ ਦੀਆਂ ਗੱਡੀਆਂ ਕਿੱਥੋਂ ਦੀਆਂ ਹਨ
ਕਿੱਥੋਂ ਜਾਣਾ ਗੱਡੀਆਂ, ਦਰਮਾਨ ਦੀਆਂ ਜਾਂ ਬਾਹਰ ਦੀਆਂ ਕਿਸੇ ਦੀ? ਇਹ ਗੱਡੀਆਂ ਮੈਨੂੰ, ਮੈਂ ਸੁਣਿਆ ਕਿ ਉੱਥੋਂ ਦੇ ਟਾਂਡੇ ਦੇ ਹਨ ਕੋਈ ਸਿੱਖ, ਕਰਮ ਸਿੰਘ ਉਹਦੀ ਗੱਡੀ ਸੀ, ਉਹਦੀ ਹੋਣੀ ਆ। ਹਾਂ ਕਹਿੰਦੇ ਉਹ ਬੜਾ ਤਗੜਾ ਆਦਮੀ ਹੋ ਗਈ ਕਰਮ ਸਿੰਘ, ਕਹਿੰਦੇ ਉਹਦੀ ਗੱਡੀ ਹੁੰਦੀ ਰਹੀ। ਠੀਕ ਆ ਜੀ, ਛਿੰਝ ਹੁੰਦੀ ਬੜੀ ਟਾਂਡੇ। ਠੀਕ ਆ ਠੀਕ ਆ ਠੀਕ, ਜਿੰਨੀ ਕੁ ਅੰਮ੍ਰਿਤਸਰ ਜਾਣਾ ਅਤੇ ਅੰਮ੍ਰਿਤਸਰ ਮੁੰਡਾ ਕੇ, ਅਤੇ ਦਿਹਾੜੀ 'ਚ ਜਾਂ ਹਫ਼ਤੇ 'ਚ? ਦਿਹਾੜੀ, ਦਿਹਾੜੀ 'ਚ ਇੱਕ ਚੱਕਰ ਜਾਣ ਦੇ ਕਹਿਣਾ। ਠੀਕ ਆ, ਸ਼ਾਮ ਨੂੰ ਪਤਾ। ਠੀਕ ਆ ਠੀਕ ਆ ਜੀ। ਅਤੇ ਤੁਸੀਂ ਹੁਣ ਇਹ ਦੱਸੋ ਕਿ ਤੁਹਾਨੂੰ ਕੋਈ ਪੜ੍ਹਨੇ ਪੁੜ੍ਹਨੇ ਦਾ ਮੌਕਾ ਮਿਲਿਆ? ਪੜ੍ਹਿਓ ਪੜ੍ਹਿਓ ਥੋੜ੍ਹੇ ਬਹੁਤੇ। ਅਸੀਂ ਹਾਂਜੀ ਦੇਖਾਂ ਗੱਲ ਤੁਹਾਨੂੰ ਮੈਂ ਦੱਸਣਾ, ਇੱਕ ਕੁੱਲੇ ਸ਼ਾਹ ਦਾ ਜਰਮਾਨ ਦਾ। ਹਾਂਜੀ ਹਾਂਜੀ, ਮਾਸਟਰ ਬਨਿਆਸ ਸ਼ਾਹ ਦਾ ਵਾਲਦ। ਹਾਂਜੀ, ਬਨਿਆਸ ਸ਼ਾਹ ਦਾ ਪਿਓ। ਠੀਕ ਹੈ ਠੀਕ ਹੈ। ਅਤੇ ਉਹ ਮਾਸਟਰ ਹੁੰਦਾ ਲੁਹਾੜੇ ਪੜ੍ਹਾਉਂਦਾ ਰਿਹਾ। ਲੁਹਾੜੇ ਪੜ੍ਹਾਉਂਦਾ ਰਿਹਾ ਸੀ? ਅੱਛਾ। ਅਤੇ ਬਾਕੀ ਮਾਸਟਰ ਹਿੰਦੂਆਂ। ਅੱਛਾ। ਅਤੇ ਹਿੰਦੂਆਂ ਦਾ ਮੁੰਡੇ ਆਮ ਪੜ੍ਹਦੇ ਆਉਂਦੇ, ਇਸ ਗੱਲ ਦਾ ਮੁਸਲਮਾਨ ਨੂੰ ਪਤਾ ਹੀ ਨਹੀਂ ਸੀ। ਠੀਕ ਹੈ ਠੀਕ ਹੈ। ਬਿਲਕੁਲ ਇਕੱਠੇ ਰਹਿੰਦੇ। ਹੁਣ ਸੜਕੇ ਨਹੀਂ ਆਉਣਾ, ਅਤੇ ਉਦੋਂ ਸਾਈਕਲ ਵੀ, ਸਾਈਕਲ ਵੀ ਕਿਸੇ ਕੋਲ ਸੀ? ਬਿਲਕੁਲ ਬਿਲਕੁਲ। ਪੈਦਲ ਆਉਂਦੇ ਹਨ, ਅਤੇ ਉਹਨਾਂ ਆਉਣਾ ਕੋਠਿਆਂ ਨੂੰ। ਠੀਕ ਹੈ। ਇਹਨੂੰ ਤਾਂ ਸਾਨੂੰ ਘਰੂ ਥੂ ਆਖਣਾ। ਠੀਕ ਹੈ ਠੀਕ। ਅਤੇ ਚਲੋ ਹਿੰਦੂਆਂ ਦਾ ਮੁੰਡੇ ਪੜ੍ਹਦੇ ਹਨ, ਤੁਸੀਂ ਕਿਉਂ ਨਹੀਂ ਪੜ੍ਹਦੇ? ਘਰੂ ਸੱਦ ਕੇ ਖੜਨਾ। ਅੱਛਾ ਅੱਛਾ। ਅਤੇ ਬਸ ਬਸ ਨਾਲ ਮੈਂ ਤਾਂ ਰਿਹਾ ਛੋਟਿਆਂ ਨੂੰ, ਤਾਂ ਸਾਡਾ ਪਿਓ ਮਰ ਗਿਆ। ਫਿਰ ਪੜ੍ਹੇ ਨਹੀਂ? ਤੇ ਮੈਂ ਪੜ੍ਹਨੇ ਦਾ ਫਿਰ ਸਵਾਲ ਜਿਮੀਦਾਰ ਦੌਰ ਕੋ ਕਰੋ। ਠੀਕ ਹੈ ਠੀਕ ਹੈ। ਜ਼ਿੰਮੇਵਾਰੀਆਂ ਪੈ ਗਈਆਂ ਸਿਰ ਤੇ। ਹਾਂ ਠੀਕ ਹੈ ਠੀਕ ਹੈ ਠੀਕ ਠੀਕ ਹੈ ਠੀਕ। ਅਤੇ ਹੋਰ ਜੇ ਮੈਂ ਪੜ੍ਹਿਆ ਹੁੰਦਾ ਨਾ, ਤੇ ਬੜਾ ਦਿਮਾਗ ਜੀ ਅਕਲ ਬੜੀ ਸੀ। ਨਹੀਂ ਯਾਦਾਸ਼ਤ ਠੀਕ ਹੈ, ਤੁਹਾਡੀ ਯਾਦਾਸ਼ਤ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ। ਬਸ ਜੋ ਅੱਲਾਹ ਨੂੰ ਮਨਜ਼ੂਰੀ ਹੈ ਇਸ ਤਰ੍ਹਾਂ। ਤੇ ਉਸ ਵੇਲੇ ਕਿਹੜਾ ਕੋਈ ਹੈਡ ਮਾਸਟਰ ਹੁੰਦਾ ਰਿਹਾ ਸੀ, ਕੀ ਨਾਂ ਸੀ ਉਹਦਾ ਮਾਸਟਰ ਕਿਹੜਾ ਸੀ, ਕੋਈ ਨਾਂ ਸ਼ਾਂ ਕੋਈ ਯਾਦ? ਮਨਦੂਲੇ ਸਰਦਾ। ਅੱਛਾ। ਤੇ ਤੁਹਾਡਾ ਮਾਸਟਰ ਕਿਹੜਾ ਸੀ ਇੰਚਾਰਜ ਜਮਾਤ ਦਾ? ਜਮਾਤ ਦਾ, ਜਮਾਤ ਦੇ ਮਾਸਟਰ ਦੇ ਚੈਨੋਂ ਦਾ ਸਰ ਪਿੰਡ ਦਾ। ਅੱਛਾ ਜੀ, ਇੱਥੋਂ ਦਾ ਭੋਜਪੁਰੀ ਹੁੰਦਾ। ਠੀਕ ਹੈ ਠੀਕ ਹੈ ਠੀਕ ਹੈ ਠੀਕ। ਬ੍ਰਾਹਮਣ ਸੀ। ਅਤੇ ਪਾਕਿਸਤਾਨ ਅਤੇ ਹਿੰਦੁਸਤਾਨ ਬਣਨ ਤੋਂ ਪਹਿਲਾਂ ਕੋਈ ਸਾਈਕਲ ਵੀ ਦੇਖੀ ਇੱਧਰ ਆਈ ਸੀ ਸਾਈਕਲ ਸੂਕਲ? ਮੈਂ ਕਿਹਾ ਪਾਕਿਸਤਾਨ ਹਿੰਦੁਸਤਾਨ ਬਣਨ ਤੋਂ ਪਹਿਲਾਂ ਕੋਈ ਸਾਈਕਲ ਸੂਕਲ ਨਿਕਲੀ ਸੀ ਤੁਹਾਡੇ ਪਿੰਡ ਆਈ ਸੀ? ਮੋਟਰਸਾਈਕਲ ਮੋਟਰਸਾਈਕਲ ਬਾਅਦ ਚ ਸਾਈਕਲ 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 ਕੋਲ ਸਾਈਕਲ। ਠੀਕ ਹੈ ਠੀਕ ਹੈ। ਇਹ ਪਾਕਿਸਤਾਨ ਬਣਨ ਤੋਂ ਪਹਿਲਾਂ? ਠੀਕ ਹੈ ਠੀਕ ਹੈ। ਤੇ ਕੋਈ ਰੇਡੀਓ ਵੀ ਆਈ? ਰੇਡੀਓ ਵੀ ਆਈ? ਰੇਡੀਓ ਕੋਈ ਨਹੀਂ। ਫਿਰ ਉਸ ਤੋਂ ਇਲਾਵਾ ਇਹ ਮਤਲਬ ਪਹਿਲਾਂ ਪੱਠੇ ਕੁਤਰਦੇ ਰਹੇ ਹਨ ਉਹ ਟੋਕੇ ਨਾਲ ਇਸ ਤਰ੍ਹਾਂ, ਤੇ ਕੋਈ ਗੇਅਰ ਨਿਕਲਦਾ ਸੀ? ਲੱਗੇ ਟੋਕੇ ਤੇ। ਅੱਛਾ, ਕੋਈ ਗੇਅਰ ਗੇਅਰ ਵਾਲਾ ਸੀ ਟੋਕਾ? ਇਹ ਬਾਅਦ ਚ ਆਇਆ ਨਾ? ਬਾਅਦ ਚ ਆਇਆ ਨਾ, ਪਾਕਿਸਤਾਨ ਬਣਨ ਤੋਂ ਬਾਅਦ ਮੇਰੇ ਦੇਖਣੇ ਜੇ ਟੋਕੇ ਟਾਕੇ ਨਾ ਜਿਹੜੇ, ਇਹ ਸਭ ਬਾਅਦ ਤੁਹਾਡੀ ਹੋਸ਼ ਬਾਅਦ ਚ ਆਇਆ ਨਾ? ਠੀਕ ਹੈ ਠੀਕ ਹੈ। ਤੇ ਰੇਡੀਓ ਵੀ ਕੋਈ ਨਹੀਂ ਹੁਣ?
ਬਟਾਲੇ ਬਟਾਲੇ ਦਾ ਟੋਕਾ ਬੜਾ ਮਸ਼ਹੂਰ ਠੀਕ ਆ ਬਾਰਾਂ ਰੁਪਈਆਂ ਦਾ ਠੀਕ ਆ ਠੀਕ ਆ ਤੇ ਬੇਲਣਾ ਕਿੰਨੇ ਦਾ ਆਉਂਦਾ ਰਿਹਾ ਤੂੰ ਬੇਲਣਾ ਬੇਲਣਾ ਥੋੜੇ ਪੈਸਾ ਆਉਂਦਾ ਅੱਛਾ ਲੱਕੜੀ ਵੇਲਣੇ ਦੇ ਲਾਟਾ ਢੋਲ ਚੋਕੜੀ ਲੱਠਾਂ ਲਿਆਉਣੇ ਪੈਂਦੇ ਫਿਰ ਲੁਹਾਰ ਹੀ ਤਿਆਰ ਤਿਊਰ ਕਰ ਲੈਂਦੇ ਹੋਣੇ ਲੁਹਾਰ ਠੀਕ ਆ ਠੀਕ ਆ ਫਿਰ ਤੇ ਉਸ ਟਾਈਮ ਪੱਕੇ ਮਕਾਨ ਕਿੰਨੇ ਕੁ ਹਨ ਤੁਹਾਡੇ ਪਿੰਡ ਜਿੰਨੇ ਤੁਸੀਂ ਉਹ ਦੌਰ ਵੀ ਦੇਖਿਆ ਤੇ ਆਹ ਵੀ ਦੇਖ ਲੈ ਅੱਲਾ ਤਾਲਾ ਤੁਹਾਡੀ ਜ਼ਿੰਦਗੀ ਹੋਰ ਲੰਮੀ ਕਰੇ ਜੀ ਠੀਕ ਆ ਠੀਕ ਪਹਿਲਾਂ ਖੂਹੀ ਮਾਰਦੇ ਹਨ ਅੱਛਾ ਜਿਹੜਾ ਪਾਣੀ ਜਾਂਦੇ ਜਾਣਾ ਵਾ ਠੀਕ ਹੈ ਫਿਰ ਮਾਰਨਾ ਬਰਮਾ ਠੀਕ ਹੈ ਤੇ ਫਿਰ ਨਲਕਾ ਲੱਗਦਾ ਫਿਰ ਨਲਕਾ ਲੱਗਣਾ ਕਰਨਾ ਤੇ ਪਹਿਲਾਂ ਨਲਕੇ ਗਿਆ ਹੈ ਨਾ ਪਾਕਿਸਤਾਨ ਬਣਨ ਤੋਂ ਪਹਿਲਾਂ ਪਾਕਿਸਤਾਨ ਬਣੇ ਨਲਕਾ ਕੋਈ ਨਹੀਂ ਇੱਕ ਬੜੀ ਲਾ ਸੀ ਚੰਦ ਕਰਾੜ ਹੁੰਦਾ ਸੀ ਉਹਨਾਂ ਅੱਛਾ ਇਹ ਵੀ ਪਹਿਲੇ ਲੱਗੇ ਸੀ ਸਰ ਉਹ ਇੱਥੇ ਉਹ ਲੱਗਾ ਪਹਿਲਾਂ ਮੇਰੀ ਉਹ ਤੇ ਉਸ ਤੋਂ ਬਾਕੀ ਬਾਅਦ 'ਚ ਲੱਗੇ ਬਾਅਦ 'ਚ ਲੱਗ ਠੀਕ ਹੈ ਠੀਕ ਹੈ ਠੀਕ ਅੱਛਾ ਜੀ ਤੇ ਹੋਰ ਮਸਲਾ ਹੁਣ ਅੱਜ ਕੱਲ੍ਹ ਅਸੀਂ ਕਣਕਾਂ ਮਸਲਾ ਨਾਲ ਕਰਨੇ ਆ ਕਤਰਾਉਂਦੇ ਹਾਂ ਮਸ਼ੀਨਾਂ 'ਤੇ ਅਤੇ ਪਹਿਲੇ ਕੀ ਤਰੀਕਾ ਕਰ ਸੀ ਪਹਿਲਾਂ ਮੈਂ ਫਲੇ ਬਣਦੇ ਠੀਕ ਹੈ ਪਹਿਲਾਂ ਵਾਢੀ ਕਰਨੀ ਅੱਛਾ ਮਾਰਨੀਆਂ ਲਾਉਣੀਆਂ ਠੀਕ ਹੈ ਫਿਰ ਜਾ ਕੇ ਤੇ ਫਲ ਜਾਂ ਫਲਾਈ ਲਿਆਉਣੀ ਅੱਛਾ ਜਾਂ ਕਬੈਠੀ ਹੋਣੀ ਠੀਕ ਹੈ ਠੀਕ ਹੈ ਅਤੇ ਇਹਦੇ ਫਲ ਫਲੇ ਬਣਨੇ ਠੀਕ ਹੈ ਠੀਕ ਹੈ ਅਤੇ ਫਿਰ ਬਣਾਉਣ ਪਾਣੇ ਤੂਤਾਂ ਦੇ ਠੀਕ ਹੈ ਠੀਕ ਹੈ ਹੋਰ ਕੋਈ ਆਪਣੀ ਜ਼ਿੰਦਗੀ ਦਾ ਜਿਸਲੇ ਹਿੰਦੁਸਤਾਨ ਤੇ ਪਾਕਿਸਤਾਨ ਬਣਿਆ ਤੇ ਤੁਹਾਨੂੰ ਕੀ ਮਸਲ ਤੁਸੀਂ ਦੇਖਿਆ ਫਿਰ ਉਸਲੇ ਨਕਸ਼ਾ ਕੋਈ ਥੋੜ੍ਹਾ ਜਿਹਾ ਬਿਆਨ ਕਰੋ ਹਾਂ ਵੀ ਉਸਲੇ ਕੀ ਦੇਖਿਆ ਜੱਥੇ ਉਸਲੇ ਬੜਾ ਜ਼ੋਰ ਸੀ ਮਾਰ ਕਟਾਈ ਬੜੀ ਹੋਈ ਕਤਲ ਵੱਢ ਬੜੀ ਹੋਈ ਦੇਖਾਂ ਤੇ ਕੋਈ ਦੱਸੋ ਨਕਸ਼ਾ ਕੋਈ ਉਸਲੇ ਪਹਿਲਾਂ ਅੰਮ੍ਰਿਤਸਰ ਲੜਾਈ ਹੋਈ ਪਹਿਲਾਂ ਜਦੋਂ ਪਾਕਿਸਤਾਨ ਬਣਨਾ ਸੀ ਨਾ ਅੱਛਾ ਕਾਂਗਰਸ ਦਾ ਜ਼ੋਰ ਸੀ ਕੋਈ ਆਖੋ ਨਾ ਕੋਈ ਹੋਰ ਮੁਸਲਮਾਨ ਠੀਕ ਹੈ ਠੀਕ ਹੈ ਅੱਛਾ ਜਦੋਂ ਅਲਾਮਾ ਕਮਾਲ ਗੁਜ਼ਰ ਗਿਆ ਨਾ ਅੱਛਾ ਤੇ ਇਹਨੂੰ ਆਖਿਆ ਲੀਡਰਾਂ ਵੀ ਸਾਡਾ ਵੀ ਕੋਈ ਸਰਦਾਰ ਹੈ ਠੀਕ ਹੈ ਠੀਕ ਲਾਮਾ ਕੁਮਾਰ ਬਿਲਕੁਲ ਉਹਨਾਂ ਕਿਹਾ ਕੈਦੇ ਆਦਮ ਨੂੰ ਲਿਆਓ ਬਗਾ ਬਲੈਤ ਹੈ ਠੀਕ ਹੈ ਠੀਕ ਉਹ ਤੁਹਾਡਾ ਕੋਲ ਸਵਾਲ ਸੋਚੇਗਾ ਨਹੀਂ ਸੋਚੇਗਾ ਠੀਕ ਹੈ ਠੀਕ ਹੈ ਇਹ
ਲੀਡਰ ਆ ਜਿਹੜੇ ਲਿਆਕਤ ਵਾਲੀ ਇਹ ਗਏ ਨਾ ਵੱਡੇ ਵੱਡੇ ਲੀਡਰ ਦੇ ਕੋਲ, ਠੀਕ ਹੈ ਠੀਕ, ਇਹਨੂੰ ਜਾ ਕੇ ਆਖਿਆ ਬਈ ਤੂੰ ਆਪਣੇ ਮੁਲਕ ਜਾ ਲੈ, ਠੀਕ ਹੈ ਠੀਕ, ਇਹ ਨਿੱਕਾ ਹੁੰਦਾ ਮਾਂ ਭੈਣ ਭਰਾ ਦੋਵੇਂ ਲੈ ਕੇ ਦੇਣਗੇ, ਠੀਕ ਹੈ ਠੀਕ ਹੈ ਠੀਕ, ਉਹਦਾ ਉਹ ਲਗਾ ਆਖਣ ਬਈ ਸਾਡੇ ਮੁਲਕ ਦਾ ਹਾਲਾਤ ਕੀ ਹੈ। ਅੱਛਾ, ਉਹਨਾਂ ਇਹਨਾਂ ਆਖਿਆ ਬਈ ਇਸ ਵੇਲੇ ਯੋਰਕ ਦਾ ਹੈ ਕਾਂਗਰਸ ਦਾ, ਠੀਕ ਹੈ ਠੀਕ, ਇਹ ਮੁਸਲਮਾਨ ਜੀ ਮੁਸਲਮਾਨ ਆ ਜਿਹੜੇ ਇਹ ਅਫਸਰ ਕਿੰਨੇ ਕਿੰਨੇ ਵਿੱਚ ਮੁਲਾਜ਼ਮ ਨਾਲ, ਠੀਕ ਹੈ ਠੀਕ, ਲਗੇ ਆਖਣ ਬਈ ਜਿਹੜੇ ਜਿਹੜਾ 100 ਚੋਂ 5 ਮੁਲਾਜ਼ਮ ਮੁਸਲਮਾਨ, ਠੀਕ ਹੈ ਠੀਕ, ਅਤੇ ਜਿਹੜੇ ਮੁਸਲਮਾਨ ਮੁਲਾਜ਼ਮ ਨਾ ਜਿਹੜਾ 100 ਰੁਪਈਆ ਤਨਖਾਹ ਲੈਂਦਾ ਨਾ ਉਹਦਾ 100 ਰੁਪਏ। ਅੱਛਾ, ਤੂੰ ਹੱਥੇ ਆ ਗਿਆ ਹੂੰ। ਅੱਛਾ, ਲਗਾ ਆਖਣ ਬਈ ਜੇ ਸ਼ਾਹ ਖਰਚਦਾ ਨਾ ਅੱਛਾ ਤੇ ਕੁਛ ਲੈ ਪਾਣਗੇ। ਅੱਛਾ, ਪਰ ਚਲੋ ਮੈਂ ਆਵਾਂਗਾ। ਅੱਛਾ, ਉਹ ਕਿਤੇ ਚੋਰੀ ਆਇਆ ਫਿਰ ਇੱਧਰ, ਠੀਕ ਹੈ ਠੀਕ, ਆਣ ਕੇ ਤਾਂ ਬਣਿਆ ਉਹ ਕਾਂਗਰਸ ਦਾ ਲੀਡਰ। ਅੱਛਾ ਜੀ, ਉਹ ਵੀ ਠੀਕ ਹੈ ਠੀਕ, ਕਾਂਗਰਸ ਦਾ ਲੀਡਰ ਬਣਿਆ ਅਤੇ ਹੁਣ ਦੇਖਿਆ ਇਹਨਾਂ ਦੀਆਂ ਹਿੰਦੂਆਂ ਸਾਡੇ ਵਾਸਤੇ ਨਿਸ਼ਚਿਤਾਂ, ਠੀਕ ਹੈ ਠੀਕ, ਜਿਹੜੇ ਪੱਕੀ ਸ਼ਕਲ ਹੈ ਤੁਸੀਂ ਕਹਿਣਾ ਉਹਨੂੰ ਆਖਣਾ ਹਿੰਦੂ ਹੋਏਗਾ ਤੁਸੀਂ ਕਹਿੰਦੇ ਥੱਲੇ ਦੋ, ਠੀਕ ਹੈ ਠੀਕ, ਜੁੱਤੀ ਲਾ ਕੇ ਦੋ, ਠੀਕ ਹੈ ਠੀਕ। ਹੁਣ ਜਿਹੜੇ ਇਹਨਾਂ ਦਾ ਲਿਖੀ ਦਾ ਦੇਖਿਆ ਨਾ, ਅੱਛਾ, ਅਤੇ ਉਹਨਾਂ ਮੁਸਲਮਾਨ ਜਿਹੜੇ ਲੀਡਰ ਹਨ ਇਹਨਾਂ ਨੇ ਦਮ ਠਾ ਕੇ ਵੀ ਅੱਜ ਮੇਰੇ ਘਰ ਰੋਟੀ ਖਾਣੀ, ਠੀਕ ਹੈ ਠੀਕ, ਇਹ ਗਏ ਘਰ ਰੋਟੀ ਖਾਣ, ਠੀਕ ਹੈ ਠੀਕ, ਰੋਟੀ ਖਾਣਗੇ ਰੋਟੀ ਰੋਟੀ ਖਾ ਕੇ ਬਾਹਰ ਲਿਆ, ਉਹਨਾਂ ਕਿਹਾ ਸਾਡਾ ਸਵਾਲ ਦੂਰੇ ਟਿਕਾਣਾ ਕੋਈ, ਠੀਕ ਹੈ ਠੀਕ, ਅਤੇ ਤੁਸੀਂ ਵੀ ਕੋਈ ਰੌਲ ਪਾਓ, ਠੀਕ ਹੈ ਠੀਕ, ਜਿਹਦੇ ਕੋਈ ਲੈ ਪਿਆ, ਠੀਕ ਹੈ, ਹੁਣ ਦੱਸ ਦਿੱਤਾ ਵੀ ਤੂੰ ਮੈਨੂੰ ਤੁਹਾਨੂੰ ਦੱਸਿਆ ਵੀ ਤੂੰ ਸਿਆਲਕੋਟ ਚਲਿਆ, ਮੈਨੂੰ ਦੱਸਿਆ ਤੂੰ ਅੰਮ੍ਰਿਤਸਰ ਚਲਿਆ, ਠੀਕ, ਐਸੇ ਜਹਾਜ ਸ਼ਹਿਰਾਂ 'ਚ, ਠੀਕ, ਤੂੰ ਗੁਰਦਾਸਪੁਰ ਚਲਿਆ, ਠੀਕ ਹੈ, ਅਤੇ ਉਹ ਜਾ ਕੇ ਕਾਰ ਬਾਅਦ ਲੀਗ ਬਣਾਓ, ਠੀਕ, ਮੁਸਲਿਮ ਲੀਗ ਬਣਾਓ, ਠੀਕ ਹੈ ਠੀਕ, ਆਹ ਦੁੱਧੂ ਚਾਕਾ, ਠੀਕ ਹੈ ਠੀਕ, ਦੁੱਧੂ ਚਾਕਾ ਅਸੀਂ ਖਤਮ ਦੇ ਗਏ ਹਾਂ, ਠੀਕ ਹੈ ਠੀਕ, ਉਦੋਂ ਖਤਮ ਹੁੰਦੇ ਹਾਂ ਰਾਤ ਨੂੰ, ਠੀਕ ਹੈ, ਸ਼ਾਮ ਵੇਲੇ, ਰਾਤ ਨੂੰ ਖਤਮ ਹੋਣੇ, ਹਾਂ ਸ਼ਾਮ ਵੇਲੇ ਹੁੰਦੇ ਹਾਂ, ਠੀਕ ਹੈ ਠੀਕ, ਅਤੇ ਰਾਤ ਫਿਰ ਰਹਿਣਾ ਪੈਂਦਾ ਸੀ, ਕਦੋਂ ਕੋਈ ਸਿਰ ਨਹੀਂ ਆਉਣਾ, ਠੀਕ ਹੈ ਠੀਕ, ਜਾਣਾ ਪੈਦਾ, ਠੀਕ ਹੈ, ਰੋਜੇ ਆਉਣ, ਅੱਛਾ, ਅਤੇ ਨਮਾਜ਼ ਪੜ੍ਹੀ ਆ, ਮੈਂ ਵੀ ਪੜ੍ਹੀ ਆ, ਅੱਛਾ, ਅਤੇ ਮੰਜੀਆਂ ਦੇ ਲੰਮੇ ਪਏ ਆ ਬਾਜ਼ਾਰ ਦੇ ਵਿੱਚ ਹੀ ਮੰਜਿਆ, ਅੱਛਾ, ਘਰ ਸੀ ਉਹ, ਠੀਕ ਹੈ, ਇਸ਼ਰਾਮ ਨਵਾਜ਼ ਰੂਸ ਆ ਗਿਆ, ਅੱਛਾ, ਉਹ ਨਾਰੇ ਮਾਰਦੇ ਆ ਹੁਣ ਆਪਣੇ ਜਿਹੜੇ ਉਹਨਾਂ ਦੇ ਲੀਡਰ, ਠੀਕ ਆਪਣਾ ਲੀਡਰ ਜਿੰਦਾ ਆਵਾਜ਼ ਫਿਰ, ਠੀਕ ਹੈ, ਇੱਕ ਮੁੰਡਾ ਲੰਮੇ ਜੇ ਕਰਦਾ, ਅੱਛਾ, ਅਤੇ ਨਾ ਦੂਸਰੇ ਨਿਆਣੇ, ਅੱਛਾ, ਅਤੇ ਉਹ ਪਿੱਛੇ ਨਾਰੇ ਮਾਰਦਾ ਆਵੇ ਮੁਸਲਿਮ ਲੀਗ ਜਿੰਦਾ ਵਾ, ਅੱਛਾ ਜੀ, ਮੁਸਲਿਮ ਲੀਗ ਜਿੰਦਾ ਵਾ, ਮੈਂ ਆਖਿਆ ਆਪਣੇ ਰੂਲ ਸੋਚਿਆ ਇਹ ਮੁੰਡਾ ਕੋਈ ਪਾਗਲ ਹੈ, ਦੂਸਰੇ ਨਿਆਣੇ ਨਾਲ ਇਹ ਕੀ ਮੰਗ ਕਰਦਾ, ਇਹਨੂੰ ਜਜ਼ਬਾ ਸੀ ਨਾ ਅੰਦਰ ਜਜ਼ਬਾ ਸੀ, ਠੀਕ ਹੈ, ਇਹ ਇੰਨੀ ਗੱਲ ਜਿਹੜੀ ਹੋਈ ਅਤੇ ਸਾਹਮਣੇ ਵੱਡੇ ਉੱਠੇ ਤੇ ਘਰ ਨੂੰ ਆ ਗਏ, ਦੋ ਦੋ ਦਿਨ ਹੋ ਗਿਆ ਵਾ, ਅੱਛਾ, ਤੇ ਜਿੱਥੇ ਜਿੱਥੇ ਮੁਸਲਮਾਨ ਪੜਕ ਉੱਠੇ, ਅੱਛਾ ਜੀ, ਸਾਰੇ ਮੁੰਡੇ ਚੱਲ ਪੜਕ ਉੱਠੇ, ਫਿਰ ਯਾਨੀ ਕਿ ਆਪਣੀ ਲਾਹ ਗਈ ਮੁਸਲਿਮ ਲੀਗ ਵਾਲੇ ਪਾਸੇ ਪਲਟ ਗਏ, ਇਹ ਪਲਟਾ ਲੱਗ ਗਿਆ, ਮੁਕਾਬਲਾ ਉਹ ਬੋਲਣ ਲੱਗ ਪਿਆ, ਅੱਛਾ, ਇਹ 46 ਦੇ ਇਲੈਕਸ਼ਨਾਂ ਦੀ ਗੱਲ ਹੋਣੀ ਹੈ, ਆਹ ਜਦੋਂ ਪਾਕਿਸਤਾਨ ਬਣਨ ਤੋਂ ਪਹਿਲਾਂ ਪਹਿਲਾਂ, ਆਹੋ 46, ਫਿਰ ਅੰਮ੍ਰਿਤਸਰ ਲੜਾਈ ਆਈ ਹੈ ਪਹਿਲਾਂ, ਅੱਛਾ ਜੀ, ਅੰਮ੍ਰਿਤਸਰ 6 ਭਰਾ ਹਨ ਕਸ਼ਮੀਰੀ, ਅੱਛਾ, ਫਿਰ ਹਨ ਇੱਕ ਨਾਲ ਦੇ ਕੋਲ ਹੈ ਕੋਈ ਨਹੀਂ, ਠੀਕ ਹੈ ਠੀਕ, ਮੁਲਕ 'ਚ, ਠੀਕ ਹੈ ਠੀਕ, ਅੱਛਾ,
ਉਹਨਾਂ ਕਸਮ ਖਾਧੀ ਦੀ ਬਈ ਨਹੀਂ ਤੂੰ ਮਾਰਨੇ ਤੇ ਫਿਰ ਰੋਟੀ ਖਾਣੀ। ਠੀਕ ਹੈ। ਫਿਰ ਉਹ ਮਾਰਦੇ ਪਤਾ ਕੀ ਹਨ, ਐਸੀ ਐਸੀ ਹੁੰਦੀ ਹੈ ਕੱਚ ਦੀ, ਇਹਦੇ ਵਿੱਚ ਕੋਈ ਚੀਜ਼ ਪਾਉਂਦੇ ਹਨ, ਆਮ ਕਰਕੇ ਮਕਾਨ ਨੂੰ ਮਾਰਦੇ ਹਨ, ਮਕਾਨ ਨੂੰ ਵੀ। ਠੀਕ ਹੈ ਠੀਕ। ਅੱਛਾ, ਇੱਕ ਸਾਲ ਲੜਾਈ ਰਹੀ ਹੈ। ਅੱਛਾ ਜੀ। ਇੱਕ ਜਨਾਨ ਮੁੰਡਾ ਸੀ ਇੱਥੇ ਦਾ ਘਰ ਜੀ ਨਾਲ ਲਾਗੇ, ਇੱਥੇ ਸੌਂਦੇ ਰਹੇ ਇਕੱਠੇ ਲਾਗੇ ਲਾਗੇ। ਅੱਛਾ। ਉਹਨਾਂ ਇੱਧਰ ਮੰਜੀਆਂ ਲਾਉਣੀਆਂ, ਮੈਂ ਇੱਧਰ ਲਾਉਣੀਆਂ। ਅੱਛਾ। ਅਤੇ ਉਹ ਦਸ ਵਾਰਾਂ ਦੇ ਸਾਬੇ ਜਾ ਕੇ। ਅੱਛਾ। ਹਾਂ ਅੱਛਾ, ਉਹ ਸਾਨੂੰ ਗੱਲਾਂ ਦੱਸਦਾ ਰਿਹਾ ਵੀ ਅੱਜ ਫਲਾਣੇ ਇਲਾਕੇ 'ਚ ਗੱਲ ਹੋਈ, ਫਲਾਣੇ 'ਚ ਪੜ੍ਹਿਆ ਲਿਖਿਆ ਇਹਨਾਂ। ਠੀਕ। ਅੱਛਾ, ਇੱਕ ਸਾਲ ਲੜਾਈ ਹੋਈ ਅੰਮ੍ਰਿਤਸਰ ਦੇ ਵਿੱਚ। ਠੀਕ। ਫਿਰ ਆਈ ਹੈ ਲਾਹੌਰ। ਅੱਛਾ। ਫਿਰ ਸਾਰੇ ਸ਼ਹਿਰਾਂ 'ਚ ਫਿਰ ਫੈਲ ਗਈ, ਫਿਰ ਹਿੰਦੂ ਮੁਸਲਮਾਨ ਫਿਰ ਮਾਰ ਲਿਆ ਨਹੀਂ। ਠੀਕ ਹੈ ਠੀਕ। ਹਾਂ, ਜਿੱਦਾਂ ਹਿੰਦੂ ਆ ਜਾਓ ਉਦੋਂ ਹਿੰਦੂ ਮਾਰ ਦੇ। ਠੀਕ ਠੀਕ ਠੀਕ। ਅਤੇ ਅੱਛਾ, ਅਤੇ ਜਿਸ ਟਾਈਮ ਛਿਆਲੀ ਵਾਲਾ ਇਲੈਕਸ਼ਨ ਹੋਇਆ, ਉਸ ਵੇਲੇ ਸਾਡੇ ਨੂੰ ਕਿਹੜਾ ਜਿੱਤਿਆ ਸੀ? ਕਿਹੜਾ ਹੋਇਆ? ਜਿਸ ਵੇਲੇ ਛਿਆਲੀ ਦਾ ਇਲੈਕਸ਼ਨ ਹੋਇਆ, ਜਿਹੜੇ ਹਿੰਦੁਸਤਾਨ ਅਤੇ ਪਾਕਿਸਤਾਨ ਬਣਨਾ ਸੀ, ਅਤੇ ਸਾਡੇ ਨੂੰ ਕਿਹੜਾ ਉਮੀਦਵਾਰ ਜਿੱਤਿਆ ਸੀ? ਉਮੀਦਵਾਰ ਬਣਿਆ ਨਹੀਂ, ਜਿੱਤਿਆ ਕਿਹੜਾ ਸੀ? ਮੈਨੂੰ ਕੋਈ ਨਾਂ ਨਹੀਂ। ਅੱਛਾ, ਉਹ ਕਹਿੰਦੇ ਨੇ ਉਹ ਗਫੂਰ ਕਮਰ ਜਿੱਤਿਆ ਸੀ। ਗਫੂਰ ਕਮਰ ਅਤੇ ਖਲੋਤੇ ਦਾ ਸੀ, ਮੈਨੂੰ ਅਬਦਰੀ ਮੈਂਗਲੀ ਵਾਲਾ ਵੀ ਖਲੋਤੇ ਦਾ ਸੀ। ਉਸ ਤੋਂ ਪਹਿਲੇ ਜਿਹੜਾ ਇਲੈਕਸ਼ਨ ਹੋਇਆ ਨਾ 37 'ਚ, ਪਤਾ ਨਹੀਂ 35 36 'ਚ, ਉਦੋਂ ਅਬਦਰੀ ਮੈਂਗਲੀ ਵਾਲਾ ਜਿੱਤਿਆ। ਉਹ ਜਿੱਤਿਆ, ਉਹ ਹੁੰਦਾ ਰਹੀ ਮੁਹੰਮਦ ਸ਼ਾਹ ਸੱਜਦ, ਮੁਹੰਮਦ ਸ਼ਾਹ ਕੋਲ ਜਿੱਤਿਆ, ਉਹਦੇ ਕੋਲ ਜਿੱਤਿਆ। ਦੋਸਤੋ, ਵੀਡੀਓ ਅੱਛੀ ਲੱਗੀ ਤਾਂ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਲਾਜ਼ਮੀ ਕਰਨਾ, ਅਤੇ ਆਪਣੀ ਸਿਹਤ ਦਾ ਖਿਆਲ ਰੱਖਣਾ। ਇਹਦੇ ਨਾਲ ਹੀ ਇਜਾਜ਼ਤ ਦਿਓ ਅਗਲੀ ਵੀਡੀਓ ਜਾਣੇ ਤੱਕ ਸਾਫ ਦਾ ਖਜ਼ਰਾ ਪ੍ਰਾਪਤ।